ਮਹਾਵੀਰ ਨੇ ਪਹਿਲਾਂ ਸੈਟਿੰਗ ਕਰਕੇ ਆਪਣਾ ਬੰਦਾ ਭਾ ਕੇ ਗਿਆ, ਚੱਲ ਕੇ ਕਬਜ਼ਾ ਲੈ, ਬਾਅਦ ਚੋਂ ਕੋਈ ਹੋਰ ਚੱਕਰ ਪੈ ਜਾਵੇ ਨਾ ਇਹ ਚੀਜ਼ਾਂ ਕਰਕੇ ਆਪਾਂ। ਬਸ ਫਿਰ ਕੱਦੂ ਵਾਲੇ ਬਲੌਗ ਹੀ ਕਰਨੇ ਆਪਾਂ, ਕੀ ਜਾਂਦਾ ਇਹਦੇ ਵੀ ਬਸ ਸੁੱਖ ਰੱਖਿਆ ਜੀ ਹੋ ਜੇ। ਮੈਨੂੰ ਬੜੇ ਭਰਾਵਾਂ ਦੇ ਮੈਸੇਜ ਆਉਣ ਦੇ ਕਹਿੰਦੇ ਮੈਂ ਦਿਆ ਆਪੇ ਬੰਦਾ ਜਿਹੜਾ ਨੁਕਸਾਨ ਦਾ ਆਪਣੇ ਦੇ ਲੈ ਲੈਂਦੇ ਆ ਇਹ ਚੀਜ਼ਾਂ, ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ, ਦੂਰ ਰਹੋ, ਬਲੌਕ ਕਰ ਦਿਓ। ਇਹੋ ਚਾਕੂ ਨੂੰ ਫਿਰਦੀ ਜਿਹੜਾ ਜਾਂਦਾ ਸਿੱਧਾ ਵਰਨ ਤੋਂ ਲਾੜਾ ਕੱਢ ਕੇ ਲਿਆਉਂਦਾ। ਅਕਾਲ ਜੀ ਸਾਰਿਆਂ ਨੂੰ, ਲੈ ਵੀ ਮਿੱਤਰਾ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਤੇ ਯਾਰ ਨਹੀਂ ਆਏ ਪੈਲੀਆਂ 'ਚ। ਮੈਂ ਵੇਖਣਾ ਮੈਂ ਮਾਹੌਲ ਜਿਹੜੇ ਵੇਖੀਏ, ਪਾਣੀ ਪੂਣੀ ਛੱਡਤਾ ਵਾ, ਆਪਣੀ ਵੀ ਤਿਆਰੀ ਆ। ਬਸ ਮਿੱਤਰ ਕਰੋ ਜੈਕਟ ਮੜਾਇਆ ਸੀ ਮਤਲਬ, ਆਪਾਂ ਵਾਲੇ ਵਾਹ ਦੇ ਵਿੱਚ ਗੱਡੀਆਂ ਘੁੰਮਾਉਣ ਡਏ ਸੀ, ਅੱਜ ਪਾਣੀ ਛੱਡਿਆ ਅਤੇ ਬਸ ਵਾਹਣ ਵਿਹਲੇ ਹੀ ਵਿਹਲੇ ਆਪਣੇ ਕੋਲ। ਇੱਧਰ ਦੇਖੋ ਤੁਸੀਂ, ਮੈਂ ਨਾ ਵੱਟ ਕੱਢਾਂ ਯਾਰ ਕੀ ਹੈ, ਬਸ ਇੱਕ ਦੋ ਚਾਰ ਦਿਨ ਹੀ ਆ ਹੋਰ, ਬਸ ਵੱਧ ਤੋਂ ਵੱਧ ਆਹ ਹਫ਼ਤੇ ਦੇ ਲਾਸਟ ਤੱਕ ਤੁਹਾਨੂੰ ਵਲੋਗ ਵੇਖਣ ਨੂੰ ਮਿਲ ਜਾਣਗੇ ਘੈਂਟ ਘੈਂਟ, ਹੈ ਨਾ। ਜਿਹੜੇ ਵਲੋਗਾਂ ਦਾ ਕਾਫ਼ੀ ਜ਼ਿਆਦਾ ਇੰਤਜ਼ਾਰ ਹੋ ਰਿਹਾ, ਅਸੀਂ ਆ ਕਿ ਪੂਰੀ ਤਿਆਰੀ ਨਾਲ ਡਏ ਹੈ। ਇੱਕ ਚੀਜ਼ ਸਾਡੀ ਰਹਿ ਗਈ ਆ, ਉਹੀ ਬਾਬਾ ਸੁੱਖ ਰੱਖਿਆ ਜੀ ਹੋ ਜੇ। ਮੈਨੂੰ ਬੜੇ ਭਰਾਵਾਂ ਦੇ ਮੈਸੇਜ ਆਉਣ ਡੇ ਕਹਿੰਦੇ ਕਿ ਡਰਾਈਵਰ ਦੇ ਆਫ ਰੋਡਿੰਗ ਵਾਲੇ ਵੀਲ ਚੇਅਰ ਪਾ ਦਿਉ ਅਤੇ ਫਿਰ ਜ਼ਿਆਦਾ ਖੋਰੂ ਪੁੱਟੂਗੀ। ਗੱਲ ਤੁਹਾਡੀ ਸਹੀ ਆ ਵੈਸੇ, ਜਿਹੜੇ ਭਰਾਵਾਂ ਨੇ ਕਮੈਂਟ ਕੀਤਾ ਹੈ ਨਾ, ਅਤੇ ਲੱਭਣ ਡਏ ਹਾਂ। ਅੱਗੇ ਆਪਣੇ ਕੋਲ ਹੈਗੇ ਸੀ ਅਤੇ ਉਹ ਦੁਕਾਨ 'ਤੇ ਕੋਈ ਵੀਰ ਭਰਾ ਆਇਆ ਸੀ, ਉਹ ਕਹਿੰਦਾ ਕਿ ਯਾਰ ਮੈਨੂੰ ਇਹੋ ਚਾਹੀਦੀ, ਆਪਾਂ ਉਦੋਂ ਮੈਂ ਚੱਲ ਆਪਾਂ ਕਿਹੜੇ ਪਾਉਣੇ ਆ ਨਾ ਕਿ ਸਾਲ ਬਾਅਦ ਪਾਉਣੇ ਆ, ਉਦੋਂ ਅਸੀਂ ਚੁਕਾ ਤੇ ਅਤੇ ਹੁਣ ਉਹ ਪੀਸ ਮਿਲ ਨਹੀਂ ਡਿਆ। ਉਹ ਲੱਭਣ ਡੇ ਕਿਤੇ ਉਹ ਸੈਕਿੰਡ ਆਪਾਂ ਨੂੰ ਮਿਲ ਜੇ, ਟਾਇਰ 'ਤੇ ਨਵਾਂ ਪਾ ਦਾਂਗੇ, ਹੈ ਨਾ। ਜੇ ਬਣ ਗਈ ਗੱਲ ਤਾਂ ਠੀਕ ਆ, ਨਹੀਂ ਤਾਂ ਇੱਕ ਹੋਰ ਪੀਸ ਹੈ ਜਿਹੜਾ ਨਿਸ਼ਾਨ ਨੇ ਪਾਇਆ ਸੀ ਨਾ ਪੈਰਸਕੋ ਲੈ ਕੇ 24 ਇੰਚ ਦਾ, ਉਹ ਜੇ ਪਿਆ ਹੋਇਆ ਨਾ ਪੈਰਸਕੋ, ਜਿੰਨੇ ਪੈਸੇ ਦੇ ਕੇ ਤਾਂ ਆਪਾਂ ਉਹ ਪੀਸ ਚੱਕ ਲੈਣਾ, ਫਿਰ ਉਹ ਵਾਪਸ ਨਹੀਂ ਕਰਨਾ। ਜਿਹੜਾ ਵੀ ਮਿਲ ਗਿਆ ਦੋਵਾਂ 'ਚੋਂ, ਜੇ 20 ਇੰਚ ਵਿੱਚ ਮਿਲ ਗਿਆ ਜਿਹੜਾ ਮੌਨਸਟਰ ਵਾਲਾ ਹੁੰਦਾ, ਕਾਫੀ ਚੌੜਾ ਹੁੰਦਾ ਉਹ, ਅਤੇ ਜੇ ਉਹ ਨਾ ਮਿਲਿਆ ਫਿਰ ਪੈਰਸ ਨੂੰ ਪੁੱਛਾਂਗੇ, ਹੈ ਨਾ। ਪੈਸੇ ਕਰਨੇ ਪਤਾ, ਇੱਕ ਦੋ ਦਿਨਾਂ 'ਚ ਬੱਚਿਆਂ ਦੀ ਗੱਲ ਬਣ ਹੀ ਜਾਵੇ, ਨਾਲੇ ਆਪਾਂ ਨਿੱਕੇ ਮੋਟੇ ਕਦੋਂ ਕੰਮ ਕਰ ਲਾਂਗੇ, ਜਮਾਂ ਵਿਹਲੇ ਹੋ ਗਏ ਨਾ ਫਿਰ ਕੱਦੂ ਵਾਲੇ ਵਲੋਗਾਂ ਵਾਲੇ ਪਾਸੇ ਆਉਣਾ ਆਪਾਂ। ਮੈਂ ਰਾਤ ਗੈਂਗ ਨੂੰ ਕਿਹਾ ਹੈ, ਮੈਂ ਕਿਹਾ ਸਵੇਰੇ ਟਾਈਮ ਸਿਰ ਉੱਠ ਪਿਓ, ਆਪਾਂ ਜਾਣਾ ਵਾ, ਅਤੇ ਉੱਠ ਨਹੀਂ ਡਿਆ ਤਾਂ ਮੈਂ ਹੁਣ ਛੱਡ ਕੇ ਚੱਲਣਾ ਲੱਗਦਾ ਮੈਨੂੰ। ਮੈਂ ਕਿਹਾ ਮੈਂ ਇੱਕ ਆਵਾਜ਼ ਮਾਰਨੀ ਤੁਹਾਨੂੰ, ਇੱਕ ਆਵਾਜ਼ ਆਪਾਂ ਤੁਹਾਨੂੰ ਮਾਰਤੀ ਆ, ਅਤੇ ਮੈਂ ਮੋਟਰ 'ਤੇ ਵੀ 10-15 ਮਿੰਟ ਲਾ ਕੇ ਆਇਆ, ਹੈ ਨਾ। ਉੱਥੇ ਬੈਠਾ ਰਿਹਾ ਮੈਂ, ਜੋ ਇਕੱਲੇ ਬਹਿ ਕੇ ਦਿਮਾਗ 'ਤੇ ਜ਼ੋਰ ਪਾ ਕੇ ਸੋਚਣ 'ਚ ਮਜ਼ਾ ਆਉਂਦਾ ਨਾ, ਬੰਦਾ ਬੜੀਆਂ ਚੀਜ਼ਾਂ ਸੋਚਦਾ ਨਾ, ਇੱਦਾਂ ਨਹੀਂ ਉੱਦਾਂ, ਅਤੇ ਪਤਾ ਤੁਸੀਂ ਕਰਦੇ ਕਿ ਨਹੀਂ ਕਰਦੇ, ਤਾਂ ਆਪਣੇ ਆਪ ਨੂੰ ਟਾਈਮ ਦਿਆ ਕਰੋ। ਹੁਣ ਮੈਂ 15-20 ਮਿੰਟ ਉੱਥੇ ਬੈਠਾ ਰਿਹਾ, ਬੰਦੇ 'ਚ ਕਮੀਆਂ ਆਉਂਦੀਆਂ ਆਪਣੇ ਆਪ 'ਚ, ਹੈ ਨਾ, ਉਹਨਾਂ 'ਤੇ ਗੌਰ ਕਰਨਾ ਚਾਹੀਦਾ ਬੰਦੇ ਨੂੰ, ਅਤੇ ਜ਼ਰੂਰ ਕਿਤੇ ਇਕੱਲੇ ਬਹਿ ਕੇ ਆਪਣੇ ਆਪ ਨੂੰ ਟਾਈਮ ਜ਼ਰੂਰ ਦਿਆ ਕਰੋ, ਕਿਉਂਕਿ ਆਪਣਾ ਤਕਰੀਬਨ ਸਾਰਾ ਟਾਈਮ ਫੋਨ 'ਤੇ ਜਾਂ ਯਾਰਾਂ ਦੋਸਤਾਂ 'ਚ ਲੰਘ ਜਾਂਦਾ, ਜ਼ਿਆਦਾ ਫੋਨ 'ਤੇ ਲੰਘਦਾ ਆਪਣਾ, ਯਾਰਾਂ ਦੋਸਤਾਂ 'ਚ ਬੈਠੇ ਜੀ ਤਾਂ ਵੀ ਫੋਨ 'ਚ ਲੰਘ ਜਾਂਦਾ, ਕਰਕੇ ਆਪਣੇ ਆਪ ਨੂੰ ਟਾਈਮ ਜ਼ਰੂਰ ਦਿਆ ਕਰੋ। ਲੈ ਵੀ ਵਿਹੜਾ ਰਾਣੀ ਸੁੰਦਰਾਂ ਨਾਲ ਭਰਿਆ ਪਿਆ ਹੈ, ਕਿਆ ਬਾਤ ਹੋਈ ਪਈ ਆ, ਚਾਰ ਆਪਣੀਆਂ ਜੀ ਅਤੇ ਦੋ ਆਪਣੇ ਨਾਲ ਜਾਂਦੀਆਂ ਜੀ, ਹੈ ਇੱਕ ਆ ਸ਼ਾਹ ਵਾਲੀ ਅਤੇ ਇੱਕ ਆ ਸ਼ੇਰੇ ਵਾਲੀ ਜੀ, ਬਾਕੀ ਉਹ ਆਪਣੀਆਂ ਲੱਗੀਆਂ ਜੀ ਰਾਣੀਆਂ ਸੁੰਦਰਾਂ। ਹਾਂ ਬਾਈ ਪਤਾ ਨਹੀਂ ਇੱਕ ਉਹ ਲੱਗੀ ਜੀ ਚਿਓਟੀ, ਬਾਬਾ ਸੁੱਖ ਰੱਖੇ ਇੱਕ ਦੋ ਹੋਰ ਆ ਜਾਣੀਆਂ, ਹੈਂ ਗੁਰੀ ਕਿੱਥੇ ਉੱਠਿਆ ਕਿ ਨਹੀਂ ਵੀ ਮਿੱਤਰਾ, ਨਹਾ ਧੋ ਗਏ ਹੋ ਗਏ ਯਾਰ ਹੋਣੀ ਰੈਡੀ, ਕਰੀਏ ਪੇਟ ਪੂਜਾ ਅਤੇ ਫਿਰ ਚੱਲਦੇ ਹਾਂ ਸ਼ਹਿਰ ਨੂੰ, ਹੈ ਔਰਤ ਬਣਾਈਏ। ਹਾਂ ਜੀ ਮਿੱਤਰਾ, ਔਰਤ ਆਪਣੇ ਰੇੜੀ ਜੀ, ਇਹਦੇ ਵਿੱਚ 1 ਚਮਚਾ ਪੀਨਟ ਦਾ, 2 ਚਮਚੇ ਸ਼ੱਕਰ ਦੇ, ਨਾਲ ਆਪਣਾ ਸੇਬ ਅਤੇ ਨਾਰ,
ਇਹਨੂੰ ਆਪਾਂ ਮਿਕਸਰ ਜਿਹਾ ਬਣਾ ਕੇ ਉਹਨੂੰ ਪਾ ਕੇ ਮੈਂ ਕਰਾਉਂਦੇ ਫਿਰ ਕੰਮ ਕਰ ਲਈਏ ਫਿਰ ਕਰ ਲਾਂਗੇ ਘਰੋਂ ਕਰਾਉਣਾ ਰਗੜੀ ਅੱਜ ਮੈਂ ਪਿੰਡ ਜਾਣਾ ਮੈਂ ਦੇਖ ਵੀ ਉੱਥੋਂ ਲਿਆਉਂਗੀ ਮੈਂ ਪੱਕਾ ਉੱਥੋਂ ਲਿਆਉਂਗਾ ਠੀਕ ਲੈ ਕੇ ਪੱਕਾ ਲੈ ਕੇ ਆਉਂਗਾ ਬੰਦੇ ਵਜੇ ਨੂੰ ਉਲਟ ਮੈਂ ਨਾ ਬੰਦੇ ਬੰਦੇ ਅੱਜ ਸਾਡੇ ਰਗੜੀ ਉੱਠਣਗੇ ਨਾ ਚੱਲ ਠੀਕ ਹੈ ਇਹ ਵੀ ਗੱਲ ਰਹੀ ਅੱਜ ਲੱਗ ਜੂ ਬਰਾਬਰ ਦਾ ਪੀਣਾ ਜੀ ਸਾਰੇ ਨਾ ਬਰਾਬਰ ਦਾ ਨਹੀਂ ਇਹ ਨਹੀਂ ਮੈਂ ਸਾਰੇ ਬਰਾਬਰ ਦਾ ਪੀਣ ਗਏ ਅੱਧਾ ਤਾਂ ਗਲਾਸ ਪੀਣਾ ਜੇ ਗਲਾਸ ਦਾ ਪੀਣਾ ਸਾਰੇ ਉਹ ਹਿਸਾਬ ਨਾਲ ਦੇਖ ਲਾਂਗੇ ਜਿਸ ਤਰ੍ਹਾਂ ਅੱਜ ਆਪਾਂ ਜਿਮ ਵੀ ਨਹੀਂ ਜਾਣਾ ਅੱਜ ਮੇਰੇ ਮਾਹੌਲ ਕੀ ਬਣਨਾ ਜ਼ਿੰਮੇਵਾਰੀ ਬਸ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਿਦਾਰੇ ਉਸਨੂੰ ਹਾਸਲ ਹੋਏ ਕੱਥੂ ਨੰਗਲ ਦਾ ਆਗਾਜ਼ ਸੀ ਤੇ ਛੋਟੀ ਉਮਰੇ ਹੀ ਬਾਬਿਆਂ ਦੇ ਨਾਲ ਰਮਦਾਸ ਚਲੇ ਗਏ ਸਨ ਉੱਥੇ ਰਹਿਣ ਲੱਗ ਪਏ ਸਨ ਪਰ ਉਹਦੇ ਗੁਣ ਗਾਉਣ ਤੋਂ ਪਹਿਲਾਂ ਇੱਕ ਗੱਲ ਕਹਿ ਦਵਾਂ ਬਾਣੀ ਕਹਿੰਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਲਈ ਹੈ ਸੱਤ ਪੁਰਸ਼ਾਂ ਵਿੱਚ ਗੁਣ ਬੜੇ ਹੁੰਦੇ ਨੇ ਇੱਕ ਜ਼ੁਬਾਨ ਦੇ ਨਾਲ ਉਹਦਾ ਅੰਤ ਕੋਈ ਪਾ ਨਹੀਂ ਸਕਦਾ ਬੇਅੰਤ ਗੁਣਾਂ ਦੇ ਉਹ ਮਾਲਕ ਹੁੰਦੇ ਨੇ ਮੈਂ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਵੇਲੇ ਕਰ ਲਏ ਯਾਰ ਉਹਨਾਂ ਨੇ ਤੇ ਅੱਜ ਯਾਰ ਨਹੀਂ ਗਏ ਬਾਬਾ ਬੁੱਢਾ ਸਾਹਿਬ ਗੁਰੂ ਤੁਸੀਂ ਪਹਿਲੀ ਵਾਰ ਗਏ ਨਾ ਅੱਜ ਮੈਂ ਪਹਿਲੀ ਵਾਰ ਗਿਆ ਮੈਂ ਵੀ ਨਾਲ ਮਿਲੇ ਜੇ ਮਿੱਠੇ ਪ੍ਰਸ਼ਾਦੇ ਦੇ ਨਾਲ ਛਕੀ ਜੇ ਦੇਗ ਹੁਣ ਬੰਦਿਆਂ ਨੂੰ ਲੱਗਣ ਦੀਆਂ ਚੋਕਾਂ ਹੁਣ ਬੈੱਡ ਲੱਭਦੇ ਜੇ ਇਸੇ ਦੀ ਘਰੇ ਪਹੁੰਚ ਜਾਈਏ ਹੈਂ ਅੱਜ ਘਰੇ ਨਹੀਂ ਜਾਂਦੇ ਆਪਾਂ ਮਿੱਤਰਾ ਪਹੁੰਚ ਗਈ ਯਾਰ ਨੀ ਘਰੇ ਦੇ ਗੋਰੀਆਂ ਟਰੈਕਟਰ ਲਿਸ਼ਕਾ ਪਿਸ਼ਕਾ ਕੇ ਲਾ ਤਾ ਮੈਂ ਨਾ ਕੱਲ ਨੂੰ ਗੱਲਾਂ ਕਰਾ ਤੀਆਂ ਸੋ ਸੁਖ ਤੇ ਇੱਕ ਦੀ ਆਪਾਂ ਵਾਹ ਹੀ ਲਾਉਣੇ ਲੱਗ ਲੱਗ ਘਰ ਦੇ ਨਾ ਖੁੱਲੋ ਗੇਟ ਵੇਖੋ ਖੁੱਲਦਾ ਉਹ ਪੌਪਕੌਰਨ ਬਣਾਈ ਗੁਰੂ ਵੀਰ ਪੌਪਕੌਰਨ ਪੌਪਕੌਰਨ ਬਣਾਈ ਹਨਾ ਮਿੱਤਰਾ ਰਾਣੀ ਸੁੰਦਰਾ ਆਪਾਂ ਲਾ ਦਈਏ ਸ਼ੈੱਡ ਦੇ ਥੱਲੇ ਮੈਂ ਧੁੱਪੇ ਤਪਦੀ ਰਹਿੰਦੀ ਹੈ ਮਿੱਤਰੋ ਇਹਦਾ ਆਹ ਸਮਾਨ ਜੇ ਆਪਾਂ ਢੱਕਣਾ ਪੈਣਾ ਇਹਦੇ ਕਰਕੇ ਨਾ ਆਪਾਂ ਬੰਪਰ ਮੰਗਾ ਲਿਆ ਅਤੇ ਮੱਡ ਫਲੇਪ ਲਾ ਕੇ ਨਾ ਗਾਲ ਦੇ ਦੋਵੇਂ ਅਤੇ ਆਹ ਚੀਜ਼ਾਂ ਆਪਾਂ ਕਵਰ ਕਰਨੀਆਂ ਪੈਣੀਆਂ ਕਿਉਂਕਿ ਇੱਥੇ ਸਮਾਨ ਬੜਾ ਇਹਦਾ ਜ਼ਿਆਦਾ ਹੀ ਕੁਝ ਖਤਰਨਾਕ ਜਿਹਾ ਕੁੜੀ ਆਵੇ ਇਹ ਨਾ ਆਵੇ ਬਾਅਦ 'ਚੋਂ ਕੋਈ ਹੋਰ ਚੱਕਰ ਪੈ ਜਾਵੇ ਹੈ ਨਾ ਇਹ ਚੀਜ਼ਾਂ ਕਰਕੇ ਆਪਾਂ ਮੰਗਲ ਬੁੱਧਵਾਰ ਤੱਕ ਬਾਬਾ ਸੁੱਖ ਰੱਖੇ ਕੱਦੂ ਵਾਲੇ ਵਲੋਗ ਆਪਾਂ ਸ਼ੁਰੂ ਕਰ ਦੇਣੇ ਆ ਮੈਂ ਨਾਲ ਦੇ ਨੂੰ ਕਿਹਾ ਮੈਂ ਆਪਣੇ ਜਿਹੜੇ ਮਾੜੇ ਮੋਟੇ ਕੰਮ ਆ ਇਹ ਕਰਨ ਵੇਟ ਲਓ ਤੁਸੀਂ ਮੇਰੇ ਭਰਾ ਹੈ ਨਾ ਸ਼ੇਰਾ ਚੱਲਿਆ ਪਿੰਡ ਨੂੰ ਅੱਜ
ਤੇ ਮੈਂ ਤੇ ਗੁਰੀ ਵੀਰ ਸਾਨੂੰ ਇੱਕ ਦੋ ਕੰਮ ਹੈ ਚੰਡੀਗੜ੍ਹ, ਅਸੀਂ ਉਹ ਕਰਕੇ ਉੱਧਰੋਂ ਨਾਲ ਹੀ ਸਾਜਨ ਉਹਨਾਂ ਨੂੰ ਵਾਪਸ ਲੈ ਆਉਣਾ ਅਤੇ ਆਉਂਦਿਆਂ ਬਸ ਫਿਰ ਕੱਦੂ ਵਾਲੇ ਬਲੌਗ ਹੀ ਕਰਨੇ ਆਪਾਂ ਕੀ ਜਾਂਦਾ ਇਹਦੇ ਵੀਲ ਚੇਂਜ ਕਰਾਉਣੇ, ਇਹ ਵੀ ਪਤਾ ਪੁਤਾ ਕਰਦਾ ਅੱਜ ਮੈਂ ਨਾ ਸਾਰੇ ਕਿਤੇ ਅਤੇ ਬਣ ਗਈ ਗੱਲ ਅਤੇ ਇਹ ਵੀ ਕੰਮ ਕਰਾ ਕੇ ਫਿਰ ਹੀ ਆਪਾਂ ਮੈਂ ਕਿ ਦੋ ਦਿਨ ਲੇਟ ਕੱਢ ਲਾਂਗੇ ਪਰ ਕਰਾਂਗੇ ਓਕੇ ਰਿਪੋਰਟ। ਹਾਂ ਭਾਈ ਕਹਿੰਦੇ ਕੰਮ ਫੁੱਲਿਓ ਫੁੱਲਿਓ ਹੋਣ ਲੱਗਾ, ਮੈਂ ਤਾਂ ਪਿੰਡ ਚੱਲਿਆ ਸ਼ੇਰ ਪੁੱਛ ਨੂੰ ਚੰਗੇ ਸਾਂ ਚੱਲਿਆ ਵੈਸੇ ਫੌਜੀ ਨੇ ਚੱਲਿਆ ਆਹ ਸੱਚੀ ਗੱਲ ਨੀ ਦੱਸਦਾ ਫੌਜੀ ਲੈ ਬਈ ਮਿੱਤਰਾ ਕਹਿੰਦੇ ਅੱਜ ਮੌਸਮ ਵਧੀਆ ਗਰਮੀ ਹੈਗੀ ਆ ਪਰ ਹਵਾ ਵਗਣ ਡਈ ਭਾਵੇਂ ਗਰਮੀ ਵਗਣ ਡਈ ਆ ਆਨੰਦ ਲੈਣ ਡਿਆ ਤੇ ਆਹ ਰੁੱਖ ਥੱਲੇ ਬੈਠਾ ਮੈਂ ਕਮੈਂਟ ਵੀ ਪੜ੍ਹ ਦਿੰਦਾ ਉਹਨੂੰ ਕਹਿੰਦੇ ਵੀਰ ਜੀ ਰੁੱਖ ਜਿਹੜਾ ਵਾ ਕੋਠੀ ਲੁੱਕ ਮਾਰਦਾ ਜਾਣ ਮੇਰੀ ਇਹ ਰੁੱਖ ਤੇ ਇੰਨੇ ਕੁ ਸੋਖੇ ਨਾ ਇਹ ਅੱਜ ਤੋਂ 4-5 ਦਿਨ ਪਹਿਲਾਂ ਇਹ ਚੀਜ਼ ਫੀਲ ਕੀਤੀ ਜਦੋਂ ਸਾਜਨ ਹੋਣੀ ਆਏ ਸੀ ਤੇ ਉੱਧਰ ਅਸੀਂ ਰੁੱਖ ਥੱਲੇ ਬੈਠੇ ਇੱਥੇ ਮਾਹੌਲ ਚੱਲ ਵਧੀਆ ਬਣਾਇਆ ਤੇ ਮੈਂ ਸੋਚਦਾ ਜੇ ਅਸੀਂ ਰੁੱਖ ਵਧਾਤਾ ਹੁੰਦਾ ਤੇ ਉਹ ਮਾਹੌਲ ਚੱਲ ਥੋੜ੍ਹੀ ਬਣਨਾ ਹਨਾ ਕਿ ਮੈਂ ਤਾਂ ਹੋਰ ਰੁੱਖ ਲਾਉਣੇ ਹੁਣ ਵੀ ਮੈਂ ਤੇ ਚਾਚਾ ਇੱਥੇ ਸਾਡਾ ਆਇਆ ਸੀ ਤੇ ਅਸੀਂ ਗੱਲਾਂ ਬਾਤਾਂ ਕਰਨ ਡੇ ਤੇ ਮੈਂ ਚਾਚਾ ਮੈਂ ਬੋਰ ਕਰਾਉਣਾ ਵਾ ਅਤੇ ਮੋਟਰ ਵੱਡੀ ਅਤੇ ਮੈਨੂੰ ਲੱਭ ਕੇ ਦੇ ਕੋਈ ਆਪਣੇ ਮਸ਼ੀਨ ਵਾਲਾ ਬੰਦਾ ਅਤੇ ਚਾਚਾ ਕਹਿੰਦਾ ਆਪਣਾ ਵਾਗ ਪੈਗਾ ਚੱਲ ਮੈਨੂੰ ਕਹਿ ਦੇਣਾ ਫੋਨ ਕੀਤਾ ਕਹਿੰਦਾ ਕਿ ਇਹ ਮਸ਼ੀਨ ਲਾਈ ਕਿਤੇ ਅਤੇ ਦੋਵਾਂ 4 ਦਿਨਾਂ ਤੱਕ ਜਦੋਂ ਵਿਹਲੀ ਹੈਗੀ ਤੁਸੀਂ ਲੈ ਆਇਓ ਪੁੱਟ ਕੇ ਨਾ ਉੱਥੋਂ ਅਤੇ ਵਿਹਲੀ ਵੁਹਲੀ ਆਏ ਪਾਸੇ ਹੁਣ ਬੱਲਣ ਲੱਗੇ ਹਾਂ ਅਤੇ ਸਾਰਾ ਕੁਛ ਕਰ ਕੱਤਰ ਕੇ ਐਂ ਵਧੀਆ ਸਾਲ ਤੱਕ ਐਂ ਪੂਰਾ ਵਧੀਆ ਮਾਹੌਲ ਬਣਾ ਦਾਂਗੇ ਬਾਬਾ ਸੁੱਖ ਰੱਖੇ ਸਹੀ ਰੁੱਖ ਰੱਖ ਹਰ ਇੱਕ ਜਿੱਦਾਂ ਮੰਨ ਲਓ ਜਿੰਨੀ ਪੈਲੀ ਹੈ ਨਾ ਇੱਕ ਪੈਲੀ ਦੇ ਵਿੱਚ ਲਾ ਲਓ ਹਿਸਾਬ ਤੁਸੀਂ ਕਿ 3-4 ਰੁੱਖ ਲਾਉਣੇ ਇੱਕ ਕਿੱਲੇ ਦੇ ਵਿੱਚ ਫਸਲ ਮਰ ਜੂ ਮਰ ਜੇ ਕੋਈ ਚੱਕਰ ਨਹੀਂ ਆ ਪਰ ਰੁੱਖ ਲਾਉਣੇ ਬਹੁਤ ਜ਼ਰੂਰੀ ਆ। ਬਾਕੀ ਇਹ ਹੈ ਕਿ ਡੰਗਰ ਡੁੰਗਰ ਸਾਰੇ ਪ੍ਰੋਪਰ ਜਦੋਂ ਕੰਮ ਕਰਨਾ ਨਾ ਫਿਰ ਪ੍ਰੋਪਰ ਚੰਗੀ ਤਰ੍ਹਾਂ ਕਰਾਂਗੇ ਉਸ ਚੀਜ਼ ਦੀ ਤਿਆਰੀ ਹੁਣ ਤੋਂ ਤਾਂ ਕਰਨ ਡੇ ਵੀ ਪੈਲੀ ਠੇਕੇ 'ਤੇ ਅਗਲੇ ਸਾਲ ਆਪ ਵਾਹਵਾਂਗੇ ਹੈ ਨਾ ਉਹ ਤੋਂ ਪਹਿਲਾਂ ਹਵੇਲੀ ਤਿਆਰ ਕਰਕੇ ਸ਼ੈੱਡ ਤਿਆਰ ਕਰਕੇ ਸਾਰੇ ਸੰਦ ਮਤਲਬ ਕਿ ਬਣਾਵਾਂਗੇ ਹੈ ਨਾ ਜਿਹੜੀ ਚੀਜ਼ਾਂ ਦੀ ਲੋੜ ਆ ਬਾਅਦ 'ਚੋਂ ਕਿਸੇ ਦੀ ਚੀਜ਼ ਮੰਗਣੀ ਨਾ ਪਵੇ ਹੈ ਨਾ ਨਾ ਕੋਈ ਨਹੀਂ ਕਰਦਾ ਨਾ ਪਰ ਇਹ ਕਿ ਅਗਲੇ ਦੀ ਚੀਜ਼ ਮੰਗ ਕੇ ਅਗਲੇ ਨੂੰ ਵੀ ਲੋੜ ਹੁੰਦੀ ਹੈ ਨਾ ਬਾਅਦ 'ਚੋਂ ਆਪਾਂ ਨੂੰ ਕੋਈ ਨਾ ਕਰਦੇ ਆਪਾਂ ਮੂੰਹ ਜਿਹਾ ਬਣਾਉਂਦੇ ਸਾਨੂੰ ਨਾ ਕਰਤੀ ਆਪਾਂ ਉਹ ਚੀਜ਼ ਹੋਣੀ ਨਹੀਂ ਦੇਣੀ ਹੈ ਨਾ ਚੀਜ਼ਾਂ ਸਾਰੀਆਂ ਆਪਣੀਆਂ ਜਿਹੜੀਆਂ ਵਾਹੀ ਵਾਸਤੇ ਜ਼ਰੂਰੀ ਹੁੰਦੀਆਂ ਵਾ ਅਤੇ ਡੰਗਰ ਜ਼ਰੂਰੀ ਰੱਖਣੇ ਆ ਡੰਗਰਾਂ ਦੇ ਨਾਲ ਬਹੁਤ ਬਰਕਤ ਆ ਬੇਜ਼ਬਾਨਿਆਂ ਨੂੰ ਜੇ ਆਪਾਂ ਰੋਟੀ ਪਾਣੀ ਪਾਉਂਦੇ ਹਾਂ ਨਾ ਤਾਂ ਬੜਾ ਆਪਣੇ ਕਮਾਈ 'ਚ ਵਾਧਾ ਹੁੰਦਾ ਵਾ ਹੁਣ ਅਸੀਂ ਆ ਕੁੱਤੇ ਰੱਖੇ ਨਾ ਤਿੰਨ ਅਤੇ ਇਹ ਵੀ ਕਈ ਵਾਰ ਆਪਣਾ ਜਿਹੜਾ ਨੁਕਸਾਨ ਦਾ ਆਪਣੇ ਦੇ ਲੈ ਲੈਂਦੇ ਆ ਇਹ ਚੀਜ਼ਾਂ ਅੱਛੀਆਂ ਦਾ ਆਪਾਂ ਨੂੰ ਨਹੀਂ ਪਤਾ ਪਰ ਮੈਂ ਇਹ ਚੀਜ਼ਾਂ ਸੋਚਦਾ ਕਿ ਹੁਣ ਪਿੱਛੇ ਜਿਹੇ ਉਹ ਆਪਣਾ ਪਾਬਲੋ ਮਰ ਗਿਆ ਸੀ ਹੈ ਨਾ ਕੋਈ ਨਾ ਕੋਈ ਚੀਜ਼ ਇਹੋ ਜਿਹੀ ਹੁੰਦੀ ਆ ਨਾ ਇਹ ਜਿਹੜੇ ਬੇਜ਼ਬਾਨੇ ਆਪਣੇ ਰੋਟੀ ਪਾਉਂਦੇ ਵਧੀਆ ਤੁਸੀਂ ਵੀ ਰੱਖ ਕੇ ਵੇਖਿਓ ਕੁੱਤਾ ਵੀ ਰੱਖ ਕੇ ਵੇਖ ਲਿਓ ਤੁਸੀਂ ਉਹਨੂੰ ਸਵੇਰ ਰੋਟੀ ਪਾਓਗੇ ਤੁਹਾਡਾ ਕਿੰਨਾ ਚਾਅ ਕਰਦਾ ਜੇ ਤੁਸੀਂ ਸ਼ਹਿਰੋਂ ਆਉਣਾ ਵਾ ਜਾਂ ਤੁਸੀਂ ਜਾਣਾ ਵਾ ਕਿੰਨਾ ਚਾਅ ਕਰਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਸਿਰਫ ਰੋਟੀ ਤੱਕ ਹੀ ਹੁੰਦਾ ਸਰ। ਬਾਕੀ ਜਾਣ ਮੇਰੀ ਇਹ ਜਦੋਂ ਤੁਸੀਂ ਇਹੋ ਜਿਹੇ ਕੰਮ ਕਰੋਗੇ ਨਾ ਜਿੱਦਾਂ ਮੰਨ ਲਓ ਇਹ ਕੰਮ ਹੁੰਦੇ ਆ ਆਪਣੇ ਮਨ ਦੀ ਖੁਸ਼ੀ ਵਾਸਤੇ ਕਈਆਂ ਨੂੰ ਇਸ ਚੀਜ਼ ਦਾ ਸ਼ੌਂਕ ਹੁੰਦਾ ਹੈ ਨਾ ਕਈਆਂ ਨੂੰ ਇਹ ਚੀਜ਼ ਵਧੀਆ ਲੱਗਦੀ ਕਈਆਂ ਨੂੰ ਨਹੀਂ ਵਧੀਆ ਲੱਗਦੀ ਆਮ ਤੁਸੀਂ ਵੇਖਿਓ ਨਾ ਕਈ ਬੇਜ਼ਬਾਨਿਆਂ ਨੂੰ ਧੱਕੇ ਮਾਰਦੇ ਆ ਡੰਡੇ ਮਾਰਦੇ ਅਤੇ ਕਈ ਬੰਦੇ ਆਮ ਹੀ ਨੈੱਟ 'ਤੇ ਵੀਡੀਓ ਹੈਗੀ ਤਾਂ ਗੋਲੀ ਤੱਕ ਵੀ ਮਾਰ ਦਿੰਦੇ ਹੈ ਨਾ ਅਤੇ ਆਪਣੇ ਵਿਊ ਦੇ ਚੱਕਰ ਦੇ ਵਿੱਚ ਕਈ ਚੀਜ਼ਾਂ ਬੜੀਆਂ ਚੀਜ਼ਾਂ ਵੇਖੀ ਦੀਆਂ ਆਪਾਂ ਕਿ ਜਿਹੜੀਆਂ ਆਪਾਂ ਸੋਚ ਨਹੀਂ ਸਕਦੇ ਕਿ ਲੋਕ ਇਹੋ ਜਿਹੀ ਹਰਕਤਾਂ ਵੀ ਕਰ ਜਾਂਦੇ ਹੈ ਨਾ ਚਲੋ ਅੱਗੇ ਦੀ ਆਪੋ ਆਪਣੀ ਸੋਚ ਪਰ ਨਹੀਂ ਕਰਨਾ ਚਾਹੀਦਾ ਜਿਹੜਾ ਜਿਹੜਾ ਬੋਲ ਨਹੀਂ ਸਕਦਾ ਯਾਰ ਉਹ 'ਤੇ ਕਹਿੰਦਾ ਜ਼ੋਰ ਆ ਹੈ ਨਾ ਉਹ ਸਿਰਫ ਆਪਣੇ ਇੱਕ ਖਾਣ ਲਈ ਕੋਈ ਚੀਜ਼ ਮੰਗਦੇ ਆ ਸਿਰਫ ਆਪਣੇ ਕੋਲ ਕਿ ਆਪਣਾ ਰੋਟੀ ਉਹਨਾਂ ਨੂੰ ਪਾ ਦਈਏ ਹੋਰ ਉਹਨਾਂ ਨੂੰ ਆਪਣੇ ਤੋਂ ਕੁਛ ਨਹੀਂ ਚਾਹੀਦਾ ਹੈ ਨਾ ਅਤੇ ਬਾਕੀ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਆਪਣੀ ਸੋਚ ਤਾਂ ਇਹ ਹੈ ਕਿ ਜਿੰਨਾ ਇਹਨਾਂ ਦਾ ਕਰ ਸਕੀਏ ਉਨਾ ਹੀ ਥੋੜ੍ਹਾ ਵਾ ਹੈ ਨਾ ਅਤੇ ਉਹ ਚੀਜ਼ ਦੀ ਤਿਆਰੀ ਆਪਾਂ ਕਰਨੇ ਡੰਗਰ ਰੱਖਣੇ ਆ ਹੈ ਨਾ ਕਿ ਦੁੱਧ ਘਰ ਦਾ ਪੀਵੇ ਹਰ ਇੱਕ ਚੀਜ਼ ਆਪਾਂ ਕੋਸ਼ਿਸ਼ ਕਰੀਏ ਵੀ ਬਾਜ਼ਾਰੋਂ ਆਪਾਂ ਕੋਈ ਵੀ ਚੀਜ਼ ਖਾਂਦੇ ਨਾ ਮਿਲਾਵਟ 'ਤੇ ਮਿਲਾਵਟ ਤੁਰੀ ਆਉਣ ਡਈ ਆ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਦੁਨੀਆਂ ਕੁੜੀਆਂ ਪਾਗਲ ਹੋ ਗਈ ਆ ਕਿ ਗਾਂਧੀ ਖਵਾਈ ਜਾਣ ਡੇ ਆ ਲੋਕਾਂ ਨੂੰ ਹੈ ਨਾ ਆਪਣਾ ਢਿੱਡ ਭਰਨ ਵਾਸਤੇ ਦੂਜੇ ਦਾ ਭਾਵੇਂ ਬੇੜਾ ਗਰਕੀ ਹੋ ਜਾਵੇ ਭੈਣ ਚੋਂ ਸਪਲੀਮੈਂਟਾਂ 'ਚ ਹੀ ਵੇਖ ਲਓ ਤੁਸੀਂ
ਇੰਨੀ ਕੁ ਜ਼ਿਆਦਾ ਮਿਲਾਵਟ ਆਉਣ ਡਈ ਆ ਗੁਰੂਆ ਜਿੱਥੋਂ ਲਈਦਾ ਵੀ ਉਹ ਉੱਥੇ ਵੀ ਕਿਰਾਂ ਸ਼ੱਕ ਹੁੰਦਾ ਪੈਂਦਾ ਕਿ ਯਾਰ ਡੱਬਾ ਉਹਨੂੰ ਵੀ ਨਹੀਂ ਪਤਾ ਹੋਣਾ ਕਈ ਵਾਰ ਉਹਨੂੰ ਵੀ ਅਗਲਾ ਬੰਦਾ ਜਿੱਥੋਂ ਚੁੱਕਣ ਕਹਿੰਦਾ ਉੱਥੋਂ ਨਹੀਂ ਦਸਾਂ ਡੱਬੇ ਪਿੱਛੇ ਇੱਕ ਦੋ ਡੱਬੇ ਮਿਲਾਵਟ 'ਚ ਆਏ ਨੇ ਕੀ ਬੰਦਾ ਕਰ ਲਊਗਾ ਹਨਾ ਉਹ ਚੀਜ਼ ਹੁੰਦੀ ਹੈ ਕਿ ਕੋਸ਼ਿਸ਼ ਕਰਨੀ ਕਿ ਜਿੰਨੀਆਂ ਚੀਜ਼ਾਂ ਆਪਾਂ ਆਪਣੇ ਘਰ ਦੀਆਂ ਖਾ ਸਕਦੇ ਹਾਂ ਆਪਾਂ ਹੱਥੀਂ ਉਗਾ ਸਕਦੇ ਹਾਂ ਬੰਦਾ ਉਹ ਉੱਨੀ ਕੁ ਦੇ ਬੰਦਾ ਕਰੇ ਹਨਾ ਅਤੇ ਤਾਂ ਕਰਕੇ ਆਪਾਂ ਅਗਲੇ ਸਾਲ ਵਾਹੀ ਕਰਨੀ ਆ ਅਤੇ ਬਾਕੀ ਸਰਪੰਚ ਨੇ ਵੀ ਬਾਹਰ ਜਾ ਕੇ ਇਸ ਬਾਤ ਵੇਖ ਲਿਆ ਹਨਾ ਚਲੋ ਗਿਆ ਤਾਂ ਘੁੰਮਣ ਫਿਰਨੀ ਪਰ ਉਸ ਦੱਸਦਾ ਗੱਲਾਂ ਉੱਥੋਂ ਨਹੀਂ ਕਹਿੰਦਾ ਕਿ ਬੜਾ ਕੰਮ ਔਖਾ ਆ ਪੰਜਾਬ ਪੰਜਾਬ ਹੀ ਆ ਜੋ ਨਜ਼ਾਰੇ ਕਹਿੰਦਾ ਇੱਥੇ ਆ ਉਹ ਇੱਥੇ ਕਦੀ ਵੀ ਨਹੀਂ ਹੈਗੇ ਬਾਹਰ ਕਿਉਂਕਿ ਬਾਹਰ ਯਾਰ ਕੰਮ ਕਰੋਗੇ ਕਮਾਓਗੇ ਤਾਂ ਖਾਓਗੇ ਉੱਥੋਂ ਦੇ ਹਿਸਾਬ ਨਾਲ ਉੱਥੋਂ ਦੇ ਪੈਸੇ ਉੱਨੇ ਕੀ ਬਣਦੇ ਆ ਅਤੇ ਉਹਨੂੰ ਚੰਗਾ ਬੰਦਾ ਇੱਥੇ ਆਪਣੇ ਆਪਾਂ ਥੋੜ੍ਹਾ ਕੰਮ ਕਰ ਲਵਾਂਗੇ ਥੋੜ੍ਹੇ ਪੈਸੇ ਕਮਾ ਲਵਾਂਗੇ ਆਪਣੇ ਘਰ ਬਣੇ ਪਏ ਇੱਥੇ ਉੱਥੇ ਘਰ ਲੈਣਾ ਹੀ ਬੜਾ ਔਖਾ ਵਾ ਜਿਹੜਾ ਬੰਦਾ ਉੱਥੇ ਘਰ ਲੈ ਲਿਆ ਜਿਹਨੇ ਸਿਆਪਾ ਪਾ ਲਿਆ ਜਿਹਨੇ ਮੰਨ ਲਓ ਲੋਨ 'ਤੇ ਲੈ ਲਿਆ ਉਹ ਫਿਰ ਉੱਥੋਂ ਜੋਗਾ ਹੀ ਰਹਿ ਜਾਂਦਾ ਉਹ ਇੱਥੇ ਵਾਪਸ ਨਹੀਂ ਆ ਸਕਦਾ ਕਿਉਂਕਿ ਜੇ ਲਾ ਲਓ ਹਿਸਾਬ ਗੱਡੀ ਲੈ ਲਈ ਘਰ ਲੈ ਲਿਆ ਬਾਹਰ ਜਾ ਕੇ ਇੰਡੀਆ ਆਉਣ ਬਾਰੇ ਸੋਚੂ ਤਾਂ ਸੋਚੂ ਕਿੱਦਾਂ ਇੱਥੇ ਇੰਡੀਆ ਆ ਗਿਆ ਕਿਸ਼ਤ ਗੱਡੀ ਦੀ ਜਾਣੀ ਜਾਣੀ ਆ ਇੰਸ਼ੋਰੈਂਸ ਵੀ ਕਹਿੰਦੇ ਹਰ ਮਹੀਨੇ ਜਾਂਦੀ ਆ ਘਰ ਦੀ ਕਿਸ਼ਤ ਵੀ ਜਾਣੀ ਹੈ ਤਾਂ ਕਰਕੇ ਕਿ ਬੜਾ ਔਖਾ ਵਾ ਸਰਵਾਈਵ ਕਰਨਾ ਬਾਹਰ ਜਿਹੜੇ ਜਾ ਕੇ ਵਿਚਾਰੇ ਪਹਿਲੀਆਂ 'ਚ ਗਏ ਮਾੜਾ ਮੋਟਾ ਹੁਣ ਤੱਕ ਉਹਨਾਂ ਦਾ ਮਾੜਾ ਮੋਟਾ ਸੂਤਰ ਆਇਆ ਪਰ ਉੱਧਰ ਦੇ ਪੈਸਿਆਂ ਦਾ ਉੱਧਰ ਹੀ ਸਭ ਕੁਝ ਬਣਦਾ ਵਾ ਆਈ ਲਾਲੋ ਸਾਹਿਬ ਕਿ ਉਹਨਾਂ ਕੁ ਉਹਨਾਂ ਦਾ ਗੁਜ਼ਾਰਾ ਚੱਲਦਾ ਵਾ ਉਹ ਪੈਸੇ ਇੰਡੀਆ ਆ ਕੇ ਵੱਧ ਬਣ ਜਾਂਦੇ ਨੇ ਵੱਖਰੀ ਗੱਲ ਆ ਉੱਥੇ ਉਹਨਾਂ ਦਾ ਸਰਕਲ ਹੀ ਘੁੰਮਦਾ ਵਾ ਤਾਂ ਕਰਕੇ ਸਰਪੰਚ ਦੱਸਦਾ ਮੈਨੂੰ ਮੈਂ ਦੂਜੇ ਤੀਜੇ ਦਿਨ ਮੇਰੀ ਗੱਲ ਹੋ ਜਾਂਦੀ ਆ ਮੈਂ ਚੱਲ ਕੋਈ ਨਹੀਂ ਤੂੰ ਘੁੰਮ ਫਿਰ ਲਾ ਜਦੋਂ ਤੇਰਾ ਨਾਂ ਜੀ ਲੱਗੂਗਾ ਜਦ ਤੂੰ ਵਾਪਸ ਆ ਜਾਈ ਉਦੋਂ ਹਨਾ ਜੇ ਤਾਂ ਇਰਾਦਾ ਬਣ ਰਿਹਾ ਮੈਂ ਚੱਲ ਗਾੜੀ ਗਿਆ ਤਾਂ ਹੈਗਾ ਗਾੜੀ ਅਮਰੀਕਾ ਵੀ ਗੇੜਾ ਮਾਰਿਆ ਜਾ ਕੇ ਹਨਾ ਮੀਨਾ ਖੰਡ ਉੱਥੇ ਵੀ ਲਾਇਆ ਚੱਲ ਅਤੇ ਕਰਮਾਂ ਦੀ ਗੱਲ ਹੈ ਦਾਣਾ ਪਾਣੀ ਦਾ ਲਿਖਿਆ ਚੱਲ ਗਿਆ ਹਨਾ ਅਤੇ ਆਪਣਾ ਜੀ ਨਹੀਂ ਕਰਦਾ ਜਾਣ ਨੂੰ ਮੈਨੂੰ ਕਈ ਵੀਰ ਪੁੱਛਦੇ ਨੇ ਬਾਹਰ ਨਹੀਂ ਜਾਣਾ ਹਜੇ ਤਾਂ ਜਾਣਾ ਮੇਰੀ ਦਿਲ ਨਹੀਂ ਕਰਦਾ ਸਹੀ ਗੱਲ ਦੱਸਾਂ ਇੱਥੇ ਵਧੀਆ ਜੀ ਲੱਗਾ ਪਿਆ ਸਵੇਰੇ ਉੱਠ ਕੇ ਆਪਣਾ ਤੁਰ ਪਈਦਾ ਜਿੰਮ ਚੱਲ ਗਏ ਗੁਰਦੁਆਰਾ ਸਾਹਿਬ ਚੱਲ ਗਏ ਹਨਾ ਗੱਲ ਕਰਦੀ ਕਿ ਆਪਣੇ ਆਪ ਲਈ ਉਹ ਤੇਰਾ ਭਲਾ ਜੇ ਇਹ ਆਪਣੇ ਆਪ ਲਈ ਜ਼ਿੰਦਗੀ ਜੀਣ ਰਹੇ ਹਾਂ ਸਿੱਧੀ ਜਿਹੀ ਗੱਲ ਆ ਇਹਦੇ ਵਿੱਚ ਜਿੱਥੇ ਨਾ ਆਪਾਂ ਕਿਸੇ ਦੇ ਵਾਸਤੇ ਕਿ ਯਾਰ ਆਪਾਂ ਆਹ ਚੀਜ਼ ਕਰਨੀ ਉਹ ਚੀਜ਼ ਕਰਨੀ ਫਿਰ ਆਪਾਂ ਨੂੰ ਲੋਕ ਐਂ ਕਰਨਗੇ ਲੋਕਾਂ ਦੇ ਕੋਲੋਂ ਸੋਭਾ ਖੱਟਣ ਦੇ ਵਾਸਤੇ ਕਦੀ ਵੀ ਕੁਛ ਚੇਂਜ ਨਾ ਕਰੋ ਜੋ ਦਿਲ ਕਰਦਾ ਉਹ ਕਰੋ ਮਾਹੌਲ ਦੇ ਹਿਸਾਬ ਨਾਲ ਕਰੋ ਕਿ ਜੋ ਮਾਹੌਲ ਚੱਲ ਰਿਹਾ ਉਹਦੇ ਹਿਸਾਬ ਨਾਲ ਹਨਾ ਮਾਹੌਲ ਹੁਣ ਕਈ ਦੋ ਪਹਿਲੂ ਬਣਦੇ ਮਾਹੌਲ ਖਰਾਬ ਕਰਨ ਵਾਲੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਮਿਲ ਪੈਣਗੇ ਚੰਗੇ ਪਾਸੇ ਲਾਉਣ ਵਾਲੇ ਮਿਲ ਪੈਣਗੇ ਪਰ ਜਿਹੜੇ ਚੰਗੇ ਪਾਸੇ ਲਾਉਣ ਵਾਲੇ ਹੋਣਗੇ ਲੋਕਾਂ ਨੇ ਲੱਤਾਂ ਖਿੱਚੀਆਂ ਜਾਂਦੀਆਂ ਉਹ ਲੋਕਾਂ ਨੇ ਕਿਹਾ ਉਹਨਾਂ ਨੂੰ ਲੋਕ ਮਾੜਾ ਬਣਾ ਦਿੰਦੇ ਆ ਹਨਾ ਤਾਂ ਕਰਕੇ ਤਾਂ ਕੋਈ ਵੀ ਤੁਸੀਂ ਆਪਣਾ ਫੈਸਲਾ ਨਾ ਸਿਰਫ ਆਪਣੇ ਤੱਕ ਰੱਖਣਾ ਕਿ ਹਾਂ ਵੀ ਮੈਂ ਆਪਣੇ ਆਪ ਨੂੰ ਖੁਸ਼ ਕਿੱਦਾਂ ਰੱਖਣਾ ਅਤੇ ਆਪਣੇ ਆਪ ਲਈ ਜੀਣਾ ਸ਼ੁਰੂ ਕਰ ਦਿਉ ਜ਼ਿੰਦਗੀ ਬੜੀ ਸੋਹਣੀ ਆ ਅਸੀਂ ਹੁਣ ਇਹਦਾ ਫੂਡ ਕੱਟ ਲਿਆ ਵਾ ਖਾਈਏ ਅਤੇ ਤੋਂ ਬਾਅਦ ਫਿਰ ਤਗੜਾ ਲਾਈਏ ਤਿੰਨ ਵਜੇ ਵਜਣ ਦੇਣੇ ਸ਼ੇਰੇ ਤੋਂ ਮੈਨੂੰ ਲੱਗਦਾ ਤੇ ਹੈ ਲੈ ਜੀ ਮਿੱਤਰ ਇਹ ਤੋਂ ਬਾਅਦ ਲਾਵਾਂਗੇ ਅਸੀਂ ਰਗੜਾ ਇੱਕ ਨਾ ਫਰੂਟ ਨਾਲ ਲੇੜਾ ਮਾਰ ਲਈਏ ਵਗਣ ਤਾਂ ਡਈ ਆ ਮਿੱਤਰੋ ਪਰ ਹਵਾ ਗਰਮ ਵਗਣ ਡਈ ਆ ਇਹਦੇ ਦਵਾਣੇ ਦਵਾਣੇ ਕਿੱਦਾਂ ਆਏ ਕੁੜੀ ਕੜੀ ਮਿਲ ਚੱਲਿਆ ਮੇਰੇ ਹਿਸਾਬ ਨਾਲ ਉਹ ਜਾਲੀਆਂ ਲਾਉਣ ਡਿਆ ਝੂਠ ਬੋਲਦਾ ਉਹ ਚੱਲ ਲੈਂਦਾ ਤੇਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵੀ ਯਾਰ ਹੁਣੀ ਸੌਂ ਗਏ ਉੱਠੇ ਜੇ ਨੀਂਦ ਆਈ ਕਿਤੇ ਕਿਉਂ ਗੁਰੀਵੀਰ ਨਾ ਗੁਰੀਵੀਰ ਹੋਣਾ ਉਠਾਇਆ ਨਾ ਆਪਾਂ ਉੱਠੇ ਨਾ ਗੋਰੀ ਨਾ ਉਠਾਇਆ ਗੋਰੀ ਤੇ ਗੁਰੀ ਇਕੱਠੇ ਇੱਕੇ ਬੈੱਡ ਤੇ ਗੋਰੀ ਮੁੱਧਾ ਪਿਆ ਦਿਖਿਆ ਜਦੋਂ ਮੁੱਠਿਆ ਗੁਰੀਵੀਰ ਗਲਤ ਕੰਮ ਨਹੀਂ ਕਰਨਾ ਪੁੱਤਾਂ ਨੂੰ ਪਾਲਣ ਡਿਆ ਤੁਹਾਨੂੰ ਮੈਂ ਹੈ ਇਹਨਾਂ ਦੀ ਕੁੜੀ ਬੰਦਾ ਜਵਾਕ ਨਹੀਂ ਪਾਲਦਾ
ਜਿੰਨਾ ਮੈਨੂੰ ਕੁੜੀਆਂ ਨਾਲ ਧਿਆਨ ਰੱਖਣਾ ਪੈਂਦਾ ਮੈਂ ਜੋ ਹੈ ਦੱਸਦਾ ਨੀ ਘਰਦੇ ਇੰਨਾ ਧਿਆਨ ਨੀ ਰੱਖ ਕੁੜੀਆਂ ਦੱਸ ਦੇਣਾ ਖਾਣ ਪੀਣ ਤੋਂ ਲੈ ਕੇ ਤੇ ਕੁੜੀ ਘੁਮਾਉਣ ਲੱਗ ਭੈਣ ਚੋ ਫੁੱਲ ਫੈਸਿਲਿਟੀ ਦੇਣੀ ਪੈਂਦੀ ਮੈਨੂੰ ਭੈਣ ਚੋ ਹੈ ਉੱਥੇ ਤਾਂ ਕੁੜੀ ਆ ਜਦੋਂ ਬਾਰਿਸ਼ ਹੀ ਕਰਦੇ ਉਦੋਂ ਭੱਜ ਚੇਤੇ ਆਉਂਦਾ ਭਾਜੀ ਵੇਖਿਓ ਮਾੜਾ ਜਿਹਾ ਗੂਗਲ ਪੇ ਕਿੱਦਾਂ ਕੀ ਆਉਂਦਾ ਦਿੰਦਾ ਜਾਇਜ਼ ਕਿ ਨਹੀਂ ਲੈ ਵੀ ਮਿੱਤਰਾ ਬਹੁਤ ਸੁੱਤੇ ਦਿਨੇ ਦਿਨੇ ਇੰਨਾ ਕਦੀ ਨੀ ਸੁੱਤਿਆ ਭੈਣਾ ਕਿੰਨੇ ਦਾ ਪਏ ਕੁੜੀ ਦਾ ਸਾਢੇ ਬਾਰਾਂ ਪੈ ਗਏ ਸ਼ੇਰ ਆ ਗਿਆ ਸਾਢੇ ਬਾਰਾਂ ਸਾਢੇ ਬਾਰਾਂ ਇੱਕੋ ਜਿਹੇ ਪਏ ਮਿੱਤਰ ਅੰਦਰ ਆ ਗਏ ਟਾਈਮ ਕਿੰਨਾ ਆ ਗਿਆ ਹੁਣ ਵੇਖਿਆ ਟਾਈਮ ਕਿੰਨਾ ਆ ਸੱਤ ਵੱਜ ਗਏ ਜੀ ਮਿੱਤਰ ਤੇ ਹਜੇ ਵੀ ਸਾਡੇ ਗੇਟ ਥਾਣੀ ਸਾਨੂੰ ਫੁੱਲ ਬੜਾ ਫੁੱਲ ਧੁੱਪ ਨਜ਼ਰ ਆਉਂਦੀ ਜੀ ਬਾਹਰ ਦਾ ਕੋਈ ਮਾਹੌਲ ਨਹੀਂ ਨਿਕਲ ਕੇ ਵੇਨੇ ਆ ਵੇਖੋ ਇੱਥੇ ਪੈਣ ਦੀ ਆ ਲਾੜ ਜੀ ਕੁੜੀ ਜੀ ਕਿੱਦਾਂ ਇੱਧਰ ਬੜਾ ਭਰਜੀ ਕਿੱਥੇ ਆ ਗਏ ਹੈਂ ਅਤੇ ਉੱਠ ਕੇ ਵੇਨੇ ਕੀ ਮਾਹੌਲ ਚੜ ਬਣਦਾ ਮੈਨੂੰ ਫੋਨ ਹੀ ਬੜੇ ਬੰਦਿਆਂ ਦੇ ਆਏ ਐਤਵਾਰ ਹੈਗਾ ਸੀ ਕੁਛ ਸੱਜਣਾ ਮਿੱਤਰਾਂ ਨੇ ਮਿਲਣ ਆਉਣਾ ਸੀ ਸਭ ਕੈਂਸਲ ਹੋ ਗਏ ਸਰ ਅਜੇ ਕੜਾਕੇ ਦਰ ਧੁੱਪ ਬਾਹਰ ਲੱਗੀ ਹੋਈ ਹੈਂ ਕੰਮ ਖਰਾਬ ਹੀ ਲੱਗਦਾ ਗੁਰੂਆ ਗਰਮੀ ਉਹਨੂੰ ਤਿਆਰ ਕੀ ਦੋਈ ਲਿਆ ਚੌਲ ਖਾਈਏ ਭੁੱਖ ਥੋੜੀ ਲੱਗੀ ਤਾਂ ਰੋਟੀ ਪਾਣੀ ਨਾਲ ਲਿਆ ਜੇ ਲੇਟ ਦੇਣ ਗਿਆ ਜੇ ਸ਼ਿਵ ਅਤੇ ਮੈਂ ਬੈਠਾ ਬੈਠਾ ਕਮੈਂਟ ਪੜ੍ਹਨ ਦਿਆਂ ਸੀ ਜਦੋਂ ਮੈਂ ਕੋਈ ਕੰਮ ਨਾ ਕਰਨਾ ਹੋਵੇ ਫਿਰ ਮੈਂ ਕਮੈਂਟ ਪੜ੍ਹਦਾ ਨਾ ਉੱਦਾਂ ਜਦੋਂ ਮੈਂ ਪੜ੍ਹਦਾ ਰਹਿੰਦਾ ਫਿਰ ਮੈਂ ਕਮੈਂਟਾਂ ਦਾ ਜਵਾਬ ਫਿਰ ਮੈਂ ਯਾਦਾਂ ਦੇ ਦਿੰਦੇ ਹੈ ਨਾ ਕਿ ਚੱਲ ਗੱਲਬਾਤ ਕਰ ਲਈਏ ਸੱਜਣਾਂ ਦੇ ਨਾਲ ਇੱਕ ਵੀਰ ਕਹਿੰਦਾ ਕਹਿੰਦਾ ਸੌਂਗ ਤੁਹਾਡਾ ਬਹੁਤ ਵਧੀਆ ਸੀ ਅਤੇ ਕਹਿੰਦਾ ਗੱਲ ਹੋਰ ਵਧੀਆ ਲੱਗੀ ਕਿ ਜਿਹੜੇ ਤੁਸੀਂ ਆਪਣੇ ਨਾਲ ਦਿਆਂ ਨੂੰ ਅੱਗੇ ਲੈ ਕੇ ਆਉਂਦੇ ਜੀ ਜਾਣ ਮੇਰੀ ਇਹ ਜਦੋਂ ਬੰਦਾ ਨਾਲ ਜਿਹੜੇ ਬੰਦੇ ਰਹਿੰਦੇ ਨਾ ਆਪਾਂ ਉਹਨਾਂ ਦਾ ਸੋਚਦੇ ਹਾਂ ਨਾ ਰੱਬ ਆਪਾਂ ਨੂੰ ਹੋਰ ਅੱਗੇ ਲੈ ਗਿਆ ਨਾ ਟੋਚਨ ਪਾਉਣ ਲੱਗਾ ਜੀ ਹੋਰ ਚਾਚਾ ਦੰਦ ਆ ਵੀ ਕਿਦਾਂ ਦੀ ਕੁੜੀ ਆ ਥੈਲੀ ਜੀ ਬਣਾਈ ਵੇਲਾ ਲਵਾ ਦੇ ਵੇਲਾ ਥੱਲੇ ਉਹਦੇ ਕੋਲੇ ਪਾਣੀ ਦਾ ਲਫਾਫੇ ਨੂੰ ਗੰਦ ਨਹੀਂ ਮਾਰੀ ਜੀ ਕਿਹੜਾ ਲੱਗਣ ਦਾ ਭਲਾ ਹੈ ਹਾਂ ਸ਼ੰਦੂਸ਼ਾ ਉਹ ਸ਼ਹਿਰ ਦਾ ਸਤ ਹੀ ਹੋ ਜਾਂਦਾ ਫਿਰ ਮਾੜਾ ਬੇਟਾ ਤੇਰੇ ਕਰਕੇ ਵੀਚਾ ਡਿਲ ਲਿਆਂਦੀ ਹੂੰ ਪੈਂਥਰ ਫਿਰ ਪਛਾਣ ਮੋੜ ਦੇਵੇ ਨਹੀਂ ਪੈਂਥਰ ਵਾਲੀ ਹੋਈ ਆ ਦੂਜਾ ਬੜਾ ਗੰਦਾ ਬੀਟਾ ਡੀ ਲਾ ਤਾਂ ਅੰਮ੍ਰਿਤਸਰ ਲੱਗੀ ਆਈ ਆ ਚਾਲ ਕਿੱਦਾਂ ਦੀ ਚਾਲ ਤੇਰੀ ਨਾਲੀ ਵੀ ਚਾਚਾ ਹੈ ਮੁੰਡਿਆਂ ਨੂੰ ਦੱਸ ਦਿਓ ਕਮਰੇ ਚ ਨਹੀਂ ਹੋ ਜਾਣਾ ਜੀ ਉਹ ਤੇ ਬਸ ਉਹ ਕੈਫੇ ਦੀ ਵੀਆਈਪੀ ਐਂਟਰੀ ਆ ਤੇ ਵੀਆਈਪੀ ਜਿਹੜਾ ਜਾਂਦਾ ਫਿਰ ਲੰਗ ਮਾਰ ਕੇ ਜਾਂਦਾ ਜੇ ਤਾਂ ਨਹੀਂ ਜਾਣਾ ਜਾਂਦੇ ਤੂੰ ਕਿਹੜੇ ਕਿੱਦਾਂ ਕਿੱਦਾਂ ਆਇਆ ਕਮਰੇ 'ਚ ਮੈਨੂੰ ਕਿੱਥੇ ਲੰਗ ਬਣਾ ਕੇ ਲਿਆ ਉਹ ਜਾਣ ਮੈਂ ਪੁਰਾਣੇ ਸਾਰੇ ਬਲੌਗ ਵੇਖੇ ਜਿਹੜੀ ਆਈਡੀ ਬੰਦ ਹੋਈ ਤੇ ਉਹ ਵੇਖੇ ਮੈਂ ਦੋ ਤਿੰਨ ਜਿਹੜੇ ਚੋਂ ਲੰਗ ਮਾਰ ਲਿਆ ਮੈਂ ਤੁਹਾਨੂੰ ਦੱਸਿਆ ਮੈਂ ਜਿੱਥੇ ਟਰਾਲੀ ਲੱਗੀ ਹੈ ਨਾ ਟਰਾਲੀ ਦੇ ਅੱਗੇ ਜਾਣ ਲੱਗਾ ਪੈਂਥਰ ਵੀ 100 ਵਾਰੀ ਸੋਚਦਾ ਜੇ ਫਨ ਕਰਨ ਆਇਆ ਬੰਦੇ ਸਾਰੇ ਤੂੰ ਇੱਥੇ ਕੱਚੇ ਲਾ ਗਿਆ ਸਾਰੇ ਗੱਡੀ ਤੂੰ ਲੈ ਗਿਆ ਤੇਲ ਤੇ ਨੀ ਪਾ ਗੱਡੀ ਜਿਹਨੇ ਸੋਚਣਾ ਤੇਲ ਤੇ ਨੀ ਪਾ ਗਈ ਗੱਡੀ ਚ ਰੰਗਦਾਰੀ ਵਾਲਾ ਦੂਜੀ ਲਾ ਤੁਸੀਂ ਆਈ ਲੰਗ
ਘੋੜੀ ਘੋੜਾ ਘੋੜੀ ਲੰਗੜੀ ਘੋੜੀ ਨੂੰ ਇੱਕ ਲੱਤ ਹਿਸਾਬ ਨਾਲ ਚੁੱਕਣੀ ਪੈਂਦੀ ਪਤਾ ਹੀ ਉਹ ਮੇਰੇ ਹਿਸਾਬ ਨਾਲ ਉੱਥੇ ਕੁੜੀਆਂ ਵਾ ਨਹਿਰ ਲਾ ਕੇ ਕਿਤੇ ਧੂਆ ਤਾਂ ਨਹੀਂ ਦਿੰਦੀ ਤੁਹਾਨੂੰ ਚਾਚਾ ਦੇ ਪੂਰਾ ਪਿਕਨਿਕ ਬਣਾਉਣਾ ਆ ਅੱਜ ਤੇ ਚਾਚਾ ਥੋੜਾ ਲੇਟ ਹੋ ਗਿਆ ਨਾ ਮਨਸੂਰੀ ਤੋਂ ਘੱਟ ਹੀ ਗਈ ਮਾਹੌਲ ਕੁੜੀ ਆ ਮੁੜ ਕੇ ਰਾਤ ਨੇ ਕਹਿਣਾ ਮੈਨੂੰ ਬੰਬੀ ਤੇ ਵੀ ਨਵਾਓ ਨਹੀਂ ਮੁੜਨਾ ਆਉਣ ਨੀ ਮੋਟਰ ਆਉਣ ਡੀ ਚੱਲਦੀ ਆਵਾਜ਼ ਨੀ ਸੁਣਦੀ ਬਾ ਠੀਕ ਆ ਚਾਚਾ ਕਿਤੇ ਪਹਿਲਾਂ ਆਇਆ ਨਿਕਲ ਜਾਣਾ ਇੱਕ ਪਾਣੀ ਛੱਡਿਆ ਹੋਇਆ ਪੈਲੀਆਂ ਦੇ ਵਿੱਚ ਲੈ ਮੈਂ ਚੱਲਿਆ ਕੱਲ ਚੰਡੀਗੜ੍ਹ ਨਹੀਂ ਨਹੀਂ ਕੱਲ ਚੱਲਿਆ ਚੰਡੀਗੜ੍ਹ ਮੈਂ ਜਿੱਦਣ ਵਾਪਸ ਆ ਜਾ ਉਦਣ ਆ ਜੀ ਆਉਂਦਾ ਨੀ ਤੂੰ ਬਾਜ ਕਹਿ ਜਾਣਾ ਦਾਦਾ ਨੀ ਫਿਰ ਤੇਰੀਆਂ ਸਾਈਆਂ ਵਧਾਈਆਂ ਬੱਸਾਂ ਨੀ ਤੇਰੀਆਂ ਮੁੱਕਦੀਆਂ ਕਦੀ ਕਿਤੇ ਪਲਾਟ ਵਕਾ ਦਿੱਤਾ ਕਦੀ ਕਿਤੇ ਪਲਾਟ ਲੈ ਤਾ ਨਹੀਂ ਮੈਨੂੰ ਜੋ ਸੁਣਨ ਨੂੰ ਖਬਰ ਮਿਲੀ ਆ ਕਮਿਸ਼ਨਰ ਕਮਿਸ਼ਨ ਨਹੀਂ ਕਮਿਸ਼ਨਰ ਕਮਿਸ਼ਨ ਤੂੰ ਰੱਖਦਾ ਵਿੱਚੋਂ ਮੈਨੂੰ ਸੁਣਿਆ ਮੈਨੂੰ ਨੀ ਪਤਾ ਪੈਸੇ ਤੈਨੂੰ ਕਿੱਥੋਂ ਆਉਣ ਡਿਆ ਐਵੇਂ ਨੀ ਗੱਡੀ 500 ਦਾ ਤੇਲ ਪਾ ਦਿੱਤਾ ਕਿਹਨੇ ਪਾ ਦਿੱਤਾ ਚਾਚੇ ਨੇ ਨਾ ਗੱਡੀ ਵੀ 500 ਪੂਰਾ ਕਰ ਰਿਹਾ ਜੇ ਡੈਲ ਜਾ ਕੇ ਮੈਂ ਕਿਹਾ ਜਾਣ ਸਪੈਸ਼ਲ ਘਰੋਂ ਤਿਆਰ ਹੋ ਗਿਆ ਆਈ ਸੈਂਡੋ ਪਾ ਕੇ ਆਇਆ ਸੀ ਨਹੀਂ ਦੱਸਿਆ ਨੇ ਪੂਰੀ ਫੌਮ ਚ ਆਇਆ ਚਾਹੇ ਹੱਥ ਸੋਖਾ ਪੈ ਜੂਗਾ ਡਿਲ ਮੈਂ ਤਾਂ 2 ਪਾ ਕੇ ਆਇਆ ਵਾਂ ਤੂੰ ਇੱਕ ਘੇਡੇ ਨੂੰ ਹੱਥ ਪਵਾਇਆ ਕਿ ਨਹੀਂ ਪੂਰਾ ਹੀ ਪੈ ਜਾ ਹੱਥ ਸੋਖਾ ਅਸੀਂ ਕਿਹੜਾ ਨਿਆਣੇ ਆ ਤੂੰ ਬਸ ਮਨ ਸਹੀ ਹੱਥ ਹੀ ਆਪੇ ਪਾ ਲੈਣਾ ਮੈਨੂੰ ਦੱਸ ਇਹਨੂੰ ਕਿੱਦਾਂ ਦੀ ਕੁੜੀ ਹੈ ਇਹ ਉਹ ਚਾਕੂ ਨੂੰ ਫਿਰਦੀ ਜਿਹੜਾ ਜਾਂਦਾ ਸਿੱਧਾ ਵਰਨ ਨੂੰ ਨਾੜਾ ਕੱਢ ਕੇ ਲਿਆਉਂਦਾ ਪੈਲੀ ਹੋਰ ਕੋਈ ਠੇਕੇ ਤੇ ਲੈ ਜੇ ਮਾੜੀ ਗੱਲ ਉਹ ਜਾਣ ਹੁਣ ਗੱਲ ਨੀ ਸਮਝਦਾ ਸਾਨੂੰ ਦੂਰ ਬੜੀ ਪੈਂਦੀ ਹੈ ਸਾਨੂੰ ਤੇ ਵਾਹੁਣੀ ਔਖੀ ਹੋ ਜਾਣੀ ਹੈ ਪਰ ਅੱਜ ਮੈਨੂੰ ਲੱਗਦਾ ਕਿ ਪੈਲੀ ਠੇਕੇ ਤੇ ਕੋਈ ਹੋਰ ਠੇਕੇ ਦਾ ਲੈਣ ਆਇਆ ਸੀ ਮੈਨੂੰ ਸ਼ੱਕ ਜਿਹਾ ਪੈਣ ਡਿਆ ਅੱਜ ਮਹਾਵੀਰ ਬਾਹਰ ਗਿਆ ਨਾਲ ਹੀ ਗੁਰੀਵੀਰ ਦੀ ਐਂਟਰੀ ਹੋ ਗਈ ਤੂੰ ਆਪ ਹੀ ਸੋਚ ਲਾ ਮੈਂ ਤੈਨੂੰ ਕਹਿ ਠੇਕਾ ਪਾਤਾ ਹੋਣਾ ਕੈਫੇ ਸਾਹਮਣੇ ਪੈਣਾ ਵਾ ਕੈਫੇ ਦੇ ਕੋਲੇ ਬਿਜ਼ਨਸ ਸਾਡਾ ਚੱਲਦਾ ਕੈਫੇ ਤੋਂ ਨਵਾਂ ਗਾਹਕ ਲਿਆਉਣ ਫਿਰ ਢਿੱਲੋ ਨੀ ਮੁੰਡਾ ਆਪਣਾ ਉਹ ਵੀ ਗਾਹਕ ਬਣਨ ਫਿਰ ਕੈਫੇ ਦਾ ਪਰ ਨਹੀਂ ਗੱਲ ਉਹ ਜਿੱਦਣ ਉਹਨਰ ਬਣ ਗਏ ਕੁੜੀ ਸਾਰਾ ਕੈਫੇ ਦਾ ਬੇੜਾ ਕਰਕੇ ਹੋਣਾ ਮਹਾਵੀਰ ਨੇ ਪਹਿਲਾਂ ਸੈਟਿੰਗ ਕਰਕੇ ਆਪਣਾ ਬੰਦਾ ਭਾ ਕੇ ਗਿਆ ਕੱਲ ਕੇ ਕਬਜ਼ਾ ਲੈਣਾ ਵੀ ਹੋਇਆ ਤੇ ਆਪਸ ਸੈਟਿੰਗ ਕਰਨਾ ਤੂੰ ਵਾਲੀ 6 ਮਹੀਨੇ ਮੈਂ ਮਾਲੂੰਗਾ ਝੋਨੇ ਵਾਲੀ ਔਖੀ ਹੁੰਦੀ ਉਹਨੇ ਕਹਿ ਤਾ ਝੋਨੇ ਵਾਲੀ ਤੂੰ ਵਾਲਾ ਭਰਾ ਮੇਰੇ ਕੋਲ ਕੰਮ ਨਹੀਂ ਹੋਣਾ ਸਿਆਲਾਂ ਵਾਲੀ ਮੈਂ ਪਾਲੂ ਆਹੋ ਸਹੀ ਗੱਲ ਹੈਗੀ ਗੱਲ ਚਾਚੀ ਸਹੀ ਸਿਆਲ ਚ ਨਹੀਂ ਆਇਆ ਨਾ ਹਾਂ ਤੇ ਬਸ ਸੈਟਿੰਗ ਹੋਈ ਯੂ ਗੋਰੀ ਕਟਾਇਆ ਗਾ ਝੋਨੇ ਦੀ ਤੈਨੂੰ ਪਤਾ ਝੋਨੇ ਦੀ ਵਾਈ ਸਭ ਤੋਂ ਔਖੀ ਸਤਾਦ
ਉਹ ਤਾਂ ਹੀ ਸਿਆਣਾ ਬੰਦਾ ਘੱਲਦਾ ਨਾ ਪੀਣ ਪੀਣਾ ਹੈ ਤੂੰ ਤੇ ਮੋਟਾ ਸਾਂ ਜਦੋਂ ਵਾਡੀਆਂ ਹੋ ਜਾਣਗੀਆਂ ਖੁਸ਼ ਹੈ ਗੁਰਵੀਰ ਮੈਂ ਦਿਆ ਆਪੇ ਦੇ ਆ ਪਰ ਮੈਂ ਚੋਪਿਆ ਉਹ ਤੁਹਾਡੇ ਦੋਵਾਂ ਤੋਂ ਸਿਆਣਾ ਤਾਂ ਵੀ ਨਹੀਂ ਹਟਦਾ ਭੈਣ ਚੋਦਰ ਮੇਰੇ ਬਾਬਾ ਜੀ ਮੈਂ ਤੇ ਪੈਲੀ ਦੀ ਗੱਲ ਕਰਨ ਡਿਆ ਹੁਣ ਤੁਸੀਂ ਅੰਦਰ ਲਿਖਾ ਤੇ ਗੱਲਾਂ ਹੀ ਹੋਰ ਚਲਾ ਦੋ ਤੇ ਮੈਂ ਅਸੀਂ ਕੈਫੇ ਦੀ ਗੱਲ ਕਰਨੇ ਭਾਈ ਤੇ ਮੈਂ ਵੀ ਕੈਫੇ ਦੇ ਨਾਲ ਲੱਗਦੀ ਪੈਲੀ ਦੀ ਗੱਲ ਕਰਨ ਡਿਆ ਮੈਂ ਹੁਣ ਹੋ ਗਈ ਹੈ ਖਤਮ ਚੰਗੀ ਰੌਣਕ ਲਈ ਬੰਦਿਆਂ ਨੇ ਅੱਜ ਹੈ ਬੰਦਿਆਂ ਨਾਲ ਰੌਣਕਾਂ ਚਾਚੀ ਹੋਣੀ ਤੇ ਨੰਨੂ ਨਹੀਂ ਚਲ ਗਏ ਜੇ ਹੁਣ ਆਉਣਗੇ ਕੱਦੂ ਵਾਲੇ ਵਲੋਗਾਂ 'ਤੇ ਅਸੀਂ ਵੀ ਦੋ ਚਾਰ ਦਿਨ ਹੁਣ ਲਾ ਕੇ ਆਉਣੇ ਚੰਡੀਗੜ੍ਹ ਅਤੇ ਗੁਰੀਵੀਰ ਅਤੇ ਗੋਰੀ ਚੱਲੇ ਜੇ ਪਿੰਡ ਨੂੰ ਗੋਰੀ ਕਹਿੰਦਾ ਕਿ ਮੈਂ ਨਾਲ ਜਾਣਾ ਮੰਨਾ ਨਹੀਂ ਜਾਊਗਾ ਐਰ ਕੀ ਮੰਨਾ ਰਹੂਗਾ ਪਿੰਡ ਤੇ ਐਰ ਕੀ ਗੋਰੀ ਕਰੂਗਾ ਬਾਦਸ਼ੀ ਗੱਲ ਕਹਦੀ ਹੈਗੇ ਇਹ ਸਮਾਨ ਹੁਣ ਤੋਂ ਪੈਕ ਕਰਨ ਦੇ ਆ ਦੋ ਤਿੰਨ ਦਿਨ ਲਾ ਕੇ ਆਉਣੇ ਦੋ ਕੁ ਦਿਨ ਲੱਗਣਗੇ ਸਾਡੇ ਚੰਡੀਗੜ੍ਹ ਅਤੇ ਇੱਕ ਤਾਂ ਵੀਰ ਲੱਭਣੇ ਡਰਾਈਵਰ ਦੇ ਹੈ ਨਾ ਆਫ ਰੋਡਿੰਗ ਵਾਲੇ ਲੱਭ ਕੇ ਇੱਕ ਉਹ ਪਾਵਾਂਗੇ ਇੱਕ ਦੋ ਕੰਮ ਹੋਰ ਕਰਨੇ ਇੱਕ ਫੈਂਡਰ ਵੇਖਣ ਦੇ ਜੇ ਫੈਂਡਰਾਂ ਨੂੰ ਮਿਲ ਗਏ ਨਾ ਇੱਥੋਂ ਫੈਂਡਰ ਪਾ ਕੇ ਅਤੇ ਨਹੀਂ ਤਾਂ ਸਾਨੂੰ ਓਰੀਜਨਲੀ ਪਾਉਣੇ ਪੈਣੇ ਯਾਰ ਅੰਦਰਲੇ ਪਾਸੇ ਨਾ ਸਪੇਸ ਬੜੀ ਥਾਂ ਬੜਾ ਮਤਲਬ ਥਾਂ ਕਾਹਦਾ ਵਾ ਕਿ ਉੱਥੇ ਨਾ ਆਪਣੇ ਜਿੱਦਾਂ ਡੱਬੀਆਂ ਡੁੱਬੀਆਂ ਬੜੀਆਂ ਲੱਗੀਆਂ ਉਹੋ ਜਿਹੀਆਂ ਜਿਹੜੀਆਂ ਵਾਇਰਿੰਗ ਕੱਲ੍ਹ ਨੂੰ ਛੱਡ ਲਾਂਗੇ ਉਹ ਚੀਜ਼ ਦਾ ਕਰਕੇ ਥੋੜ੍ਹਾ ਧਿਆਨ ਰੱਖਣਾ ਪੈਂਦਾ ਸ਼ਾਮੀ ਵੀ ਗੱਲ ਕਰਦੇ ਪਏ ਸੀ ਅਤੇ ਬਾਅਦ 'ਚੋਂ ਕੋਈ ਵੀਰ ਮਿਲਣ ਵਾਲੇ ਆ ਗਏ ਅਤੇ ਉੱਥੇ ਗੱਲ ਕਰਦੇ ਕਰਦੇ ਗੱਲ ਵਿੱਚ ਇਹ ਰਹਿ ਗਈ ਕਮੈਂਟ ਪੜਿਆ ਇੱਕ ਵੀਰ ਦਾ ਬੜਾ ਸੋਹਣਾ ਲੱਗਾ ਮੈਨੂੰ ਅਤੇ ਉਹ ਕਮੈਂਟ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਚੀਜ਼ਾਂ ਦੇ ਨਾਲ ਰਿਲੇਟ ਕਰਦਾ ਸੀ ਬਾਈ ਕਹਿੰਦਾ ਕਹਿੰਦਾ ਕਿ ਬਾਈ ਗਾਣਾ ਕੀਤਾ ਗਾਣਾ ਤੇਰਾ ਬਹੁਤ ਵਧੀਆ ਲੱਗਾ ਅਤੇ ਤੂੰ ਗਾਣੇ ਵਿੱਚ ਆਪਣੇ ਨਾਲ ਦੇ ਬੰਦੇ ਨੂੰ ਨਾਲ ਅੱਗੇ ਲੈ ਕੇ ਆਇਆ ਅਤੇ ਜਾਣ ਮੇਰੀ ਆਪਾਂ ਅਜੇ ਤੱਕ ਸਪੋਰਟ ਹੀ ਕੀਤੀ ਆਪਣੇ ਨਾਲ ਦੇ ਬੰਦੇ ਨੂੰ ਨਾ ਹੈ ਨਾ ਸਪੋਰਟ ਵੀ ਕੀਤੀ ਹੈ ਅਤੇ ਜਿੰਨੇ ਬੰਦੇ ਆਪਣੇ ਨਾਲ ਹੁੰਦੇ ਆ ਬਾਬੇ ਦੀ ਕਿਰਪਾ ਨੇ ਜੇ ਮੈਂ ਕਮਾਉਣ ਡਿਆ ਨਾ ਤਾਂ ਮੈਂ ਇਹਨਾਂ ਦੀ ਕਿਤੇ 5 ਰੁਪਏ ਵੀ ਨਹੀਂ ਲੱਗਣ ਦਿੰਦਾ ਕਿਤੇ ਇਹਨਾਂ ਨੂੰ ਕਿਤੇ ਤੁਸੀਂ ਮੇਰੇ ਤੋਂ ਬਿਨਾਂ ਵੀ ਕਿਤੇ ਮਿਲੋਗੇ ਨਾ ਪੁੱਛ ਕੇ ਵੇਖ ਲਓ ਜਿੰਨੇ ਬੰਦੇ ਮੇਰੇ ਨਾਲ ਰਹਿਣ ਦੇ ਕਿ 5 ਰੁਪਏ ਵੀ ਕਿਤੇ ਮੈਂ ਇਹਨਾਂ ਨੂੰ ਕੱਢ ਨਹੀਂ ਦਿੰਦਾ ਕੋਈ ਵੀ ਬੰਦਾ ਹੋਵੇ ਇੱਥੋਂ ਤੱਕ ਕੋਈ ਵੀ ਬੰਦਾ ਹੋਵੇ ਮੇਰੇ ਨਾਲ ਦਾ ਜਿੰਨੇ ਮੇਰੇ ਸਰਕਲ ਦੇ ਜਿੰਨੇ ਯਾਰ ਦੋਸਤ ਹੈ ਨਾ ਹਾਂ ਇਹ ਕਿ ਜਿੱਦਾਂ ਮੰਨ ਲਓ ਹੁਣ ਸ਼ਹਿਰ ਸ਼ੁਰੂ ਕਿਤੇ ਬੈਠੇ ਹਾਂ ਜਿੱਦਾਂ ਮੰਨ ਲਓ ਮੈਂ ਨੰਨੂ ਨਹੀਂ ਸਾਰੇ ਕਿਤੇ ਬੈਠੇ ਹੋਈ ਸ਼ਹਿਰ ਅਤੇ ਹਾਂ ਵੀ ਉੱਠ ਕੇ ਕੋਈ ਮੰਨ ਲਓ ਮੇਰੇ ਪੁੱਛੇ ਬਿਨਾਂ ਕੋਈ ਬਿੱਲ ਦੇ ਆਵੇ ਦੇ ਹੈ ਨਾ ਵੱਖਰੀ ਗੱਲ ਆ ਪਰ ਆਪਾਂ ਜਿੰਨਾ ਚਿਰ ਨਾਲ ਹਾਂ ਆਪਾਂ 1 ਰੁਪਈਆ ਨਹੀਂ ਕੱਢਣ ਦੇਈਦਾ ਇੱਥੇ ਇੱਥੋਂ ਕਿ ਆਹ ਮੰਨਾਂ ਗੋਰੀ ਛੋਟੇ ਮੇਰੇ ਤੋਂ ਹੈ ਨਾ ਮਾਂ ਵੀ ਵਰਗੇ ਮੈਨੂੰ ਇਹਨਾਂ ਨਾਲ ਬਹੁਤ ਜ਼ਿਆਦਾ ਕਰਦਾ ਮੈਂ ਹੈ ਨਾ ਇਹ ਤਾਂ ਕਿ ਉਹਨਾਂ ਮੈਂ ਮਾਂ ਵੀ ਤਾਂ ਨਹੀਂ ਕਰਦਾ ਜਿੰਨਾ ਇਹਨਾਂ ਦੋਵਾਂ ਦਾ ਕਰਦਾ ਮੈਂ ਹੈ ਨਾ ਕਿ ਸਪਲੀਮੈਂਟ ਤੱਕ ਖਾਣ ਪੀਣ ਦਾ ਕਿਹਨਾਂ ਨੂੰ ਕਿਤੇ ਅੰਦਰ ਬੈਠੇ ਵੀ ਹੋਣ ਮੈਂ ਕਹਿੰਦਾ ਜਾਓ ਯਾਰ ਡਾਇਟ ਖਾ ਕੇ ਆਓ ਜਾ ਕਰਕੇ ਆਓ ਹੈ ਨਾ ਕਿ ਪੂਰੀ ਫੁੱਲ ਸਪੋਰਟ ਕਰੀਦੀ ਆ ਅਤੇ ਜਿਹੜੇ ਭਰਾ ਆਪਾਂ ਨੂੰ 2017 'ਤੇ ਮੈਂ ਸੋਸ਼ਲ ਮੀਡੀਆ 'ਤੇ ਆਇਆ ਸੀ ਇੰਸਟਾਗ੍ਰਾਮ 'ਤੇ 16 'ਚ ਫੇਸਬੁੱਕ ਚਲਾਉਂਦਾ ਹੁੰਦਾ ਸੀ ਜਿਹੜੇ ਬੰਦੇ ਉੱਥੋਂ ਲੈ ਕੇ ਹੁਣ ਤੱਕ ਆਪਣੇ ਨਾਲ ਜੁੜੇ ਹੈ ਨਾ ਕਈ ਉਹਨਾਂ ਨੂੰ ਇਸ ਚੀਜ਼ ਦਾ ਬੇਖੂਬੀ ਪਤਾ ਕਿ ਅੱਜ ਤੱਕ ਜਿਹੜੇ ਜਿਹੜੇ ਬੰਦਿਆਂ ਨੇ ਸਪੋਰਟ ਕੀਤੀ ਉਹਨਾਂ ਵਿੱਚੋਂ ਚੰਦ ਕੁ ਬੰਦਿਆਂ ਨੇ ਕਦਰ ਪਾਈ ਆ ਉਹ ਅੱਜ ਵੀ ਕਹਿ ਦਿੰਦੇ ਕਿ ਢਿੱਲੋ ਵੀਰ ਕਿ ਤੂੰ ਸਾਡੇ ਨਾਲ ਆ ਸਾਨੂੰ ਵਧੀਆ ਲੱਗਦਾ ਅਤੇ ਕੁਛ ਬੰਦੇ ਸਪੋਰਟ ਲੈ ਕੇ ਸਭ ਕੁਝ ਕਰਕੇ ਅੱਜ ਵੀ ਉਹ ਲੋਕਾਂ 'ਚ ਭੰਡਦੇ ਆ ਕਿ ਉਹ ਬੜਾ ਬੰਦਾ ਆ ਅਜੇ ਕਿ ਉਹਨਾਂ ਮੂਰਖਾਂ 'ਤੇ ਜਿਹੜੇ ਉਹਨਾਂ ਦੇ ਫੋਲੋਵਰ ਚੱਕੀ ਫਿਰਦੇ ਆ ਉਹ ਵੀ ਆਪਾਂ ਸਟੋਰੀਆਂ ਪਾ ਕੇ ਗੇਨ ਕੀਤੇ ਤਾਂ ਅੱਜ ਉਹ ਮਾੜਾ ਬੋਲਦੇ ਆਪਾਂ ਨੂੰ ਉਸ ਚੀਜ਼ ਦਾ ਕੋਈ ਦੁੱਖ ਨਹੀਂ ਫਿਰ ਉਹਨਾਂ ਦੀ ਖੁਸ਼ੀ ਮੰਗੀ ਦੀ ਕਿ ਚੱਲ ਕੋਈ ਗੱਲ ਨਹੀਂ ਹੈ ਨਾ ਜਦੋਂ ਉਹਨਾਂ ਦੇ ਕਿਤੇ ਫੋਲੋਵਰ ਘੱਟ ਜਾਣੇ ਜਾਂ ਆਪਣਾ ਵਿਊ ਘੱਟ ਜਾਣੇ ਉਹਨਾਂ ਨੇ ਕਹਿੰਦਾ ਢਿੱਲੋ ਵੀ ਸਟੋਰੀ 'ਤੇ ਪਾ ਤਾਂ ਆਪਾਂ ਕਦੀ ਨਾ ਨਹੀਂ ਕੀਤੀ ਕਿਉਂਕਿ ਆਪਾਂ ਯਾਰੀ ਦੋਸਤੀ ਕਿਸੇ ਚੀਜ਼ ਦੀ ਲੈ ਕੇ ਨਹੀਂ ਆਏ ਅਤੇ ਪਰ ਉਹ ਗੱਲ ਕਦੀ ਹੁਣ ਚੀਜ਼ਾਂ ਫੀਲ ਹੁੰਦੀਆਂ ਕਿ ਉਹ ਬੰਦੇ ਸਟੋਰੀਆਂ ਤੱਕ ਵਰਤਦੇ ਸੀ ਫੋਲੋਵਰ ਤੱਕ ਵਰਤਦੇ ਸੀ ਜਿੰਨੇ ਬੰਦੇ ਦੇ ਨਾਲ ਹੁੰਦੇ ਹੁਣ ਇਹਨਾਂ 'ਚੋਂ ਮੈਨੂੰ ਕਦੀ ਕਿਸੇ ਨੇ ਨਹੀਂ ਕਿਹਾ ਯਾਰ ਮੇਰੀ ਸਟੋਰੀ ਪਾ ਦੇ ਜਾਂ ਮੇਰੇ ਫੋਲੋਵਰ ਘਟਣ ਦੇ ਇਹਨਾਂ ਨੂੰ ਇੰਸਟਾ ਉਸਟਾ ਨਾ ਰੀਲਾਂ ਨਾ ਸਟੋਰੀਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਹੈ ਨਾ ਅਤੇ ਸਾਡਾ ਬੜਾ ਸੋਹਣਾ ਬਾਬੇ ਕਿਰਪਾ ਨਾਲ ਸਾਡਾ ਸਿਸਟਮ ਬੜਾ ਸੋਹਣਾ ਸਾਨੂੰ ਬਣਿਆ ਪਿਆ ਕਿ ਜਿਹੜੇ ਮਤਲਬੀ ਬੰਦੇ ਸੀ
ਭਾਵੇਂ ਜਿੱਦਾਂ ਮਰਜ਼ੀ ਸਾਡੇ ਤੋਂ ਦੂਰ ਹੋ ਗਿਆ ਤਾਂ ਵਧੀਆ ਹੋ ਗਿਆ। ਅਤੇ ਜ਼ਿੰਦਗੀ 'ਚ ਕਦੀ ਨਹੀਂ ਹਾਰ ਮੰਨਣੀ ਚਾਹੀਦੀ। ਜੇ ਤੁਹਾਡੇ ਤੋਂ ਚਾਰ ਬੰਦੇ ਟੁੱਟਦੇ ਆ ਨਾ, ਮਤਲਬ ਵੀ ਬੰਦੇ ਟੁੱਟਦੇ ਆ, ਤਾਂ ਤੁਹਾਨੂੰ ਉਸ ਚੀਜ਼ ਦਾ ਸ਼ੁਕਰ ਮਨਾਉਣਾ ਚਾਹੀਦਾ ਤੁਹਾਡੀ ਅੱਖਾਂ ਖੁੱਲ੍ਹ ਗਈਆਂ, ਹੈ ਨਾ, ਕਿ ਤੁਸੀਂ ਉਹਨਾਂ ਦੀ ਲੋੜਾਂ ਵੀ ਪੂਰੀਆਂ ਕਰਨ ਡੇ ਅਤੇ ਪਿੱਠ ਪਿੱਛੇ ਉਹ ਤੁਹਾਨੂੰ ਭੰਡਣ ਵੀ ਡਿਆ। ਅਤੇ ਇਹੋ ਜਿਹੇ ਆਪਾਂ ਬੇਵਕੂਫਾਂ ਤੋਂ ਮੂਰਖਾਂ ਤੋਂ ਆਪਾਂ ਕੀ ਲੈਣਾ। ਅਸਲੀ ਯਾਰ ਉਹ ਹੀ ਹੁੰਦਾ ਜਿਹੜਾ ਤੁਹਾਡੇ ਨਾਲ ਗੁੱਸੇ ਹੋਣ ਤੋਂ ਬਾਅਦ ਵੀ ਤੁਹਾਨੂੰ ਪਿੱਠ 'ਤੇ ਭੰਡੇ ਨਾ, ਉਹ ਹੁੰਦਾ ਅਸਲੀ ਯਾਰ, ਹੈ ਨਾ। ਅਤੇ ਬਾਕੀਆਂ ਤੋਂ ਆਪਾਂ ਕੀ ਲੈਣਾ, ਖਾਣਾ ਵੀ ਤੁਹਾਡਾ ਅਤੇ ਬਦਨਾਮੀ ਵੀ ਤੁਹਾਡੀ ਕਰਨੀ ਉਹਨਾਂ ਨੇ, ਹੈ ਨਾ। ਖਾਣਾ ਵੀ ਤੁਹਾਡੇ ਨਾਲ ਬਹਿ ਕੇ ਬੁਰਕੀ ਸਾਂਝੀ ਵੀ ਤੁਹਾਡੇ ਨਾਲ ਕਰਨੀ। ਜਦੋਂ ਲੋਕਾਂ ਨੇ ਤੁਹਾਨੂੰ ਪੁੱਛਣਾ ਕਿ ਹਾਂ ਵੀ ਉਹ ਬੰਦਾ ਕਿੱਦਾਂ, ਤਾਂ ਉਹਨਾਂ ਕਹਿਣਾ ਲੈ ਅਸੀਂ ਇਕੱਠੇ ਰਹਿੰਦੇ ਹਾਂ, ਨਾਲ ਹੀ ਰਹਿੰਦੇ ਹਾਂ, ਸਾਨੂੰ ਨਹੀਂ ਪਤਾ ਕਿੱਦਾਂ ਦਾ ਫੁੱਦੂ ਬੰਦਾ ਆ। ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ, ਦੂਰ ਰਹੋ, ਬਲੌਕ ਕਰ ਦਿਉ, ਫੋਨ ਨਾ ਚੁੱਕੋ, ਜ਼ਿੰਦਗੀ 'ਚ ਕੱਢ ਦਿਓ ਇਹੋ ਜਿਹੇ ਬੰਦਿਆਂ ਨੂੰ। ਅਤੇ ਬਾਕੀ ਜਿਹੜੇ ਤੁਹਾਡੇ ਨਾਲ ਦੇ ਆ, ਜੇ ਤੁਸੀਂ ਉਹਨਾਂ ਦੇ ਵਿੱਚੋਂ ਮਾਸਾ ਵੱਧ ਕੇ ਅਮਾਉਂਟ ਜੀ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਨੂੰ ਆਪਣੇ ਅੱਗੇ ਬਣਾਓ, ਆਪਣੇ ਨਾਲ ਭਾਵੇਂ ਤੁਹਾਡੇ ਉਹਨਾਂ ਨੂੰ ਇਹੋ ਜਿਹਾ ਕੰਮ ਤੁਸੀਂ ਨਹੀਂ ਕਰਨ ਦੇ ਨਾ, ਉਹਨਾਂ ਨੂੰ ਵੀ ਹੋਰ ਕੰਮ ਖੋਲ੍ਹ ਦਿਉ, ਉਹਨਾਂ ਨੂੰ ਹੋਰ ਕੰਮ ਦੱਸੋ, ਤੂੰ ਆਹ ਕਰ ਲਓ, ਆਪਣੇ ਤਗੜੇ ਕਰੋ ਉਹਨਾਂ ਨੂੰ, ਜਾਂ ਆਪਣੇ ਬਰਾਬਰ ਦੇ ਕਰੋ ਕਿ ਤੁਹਾਡੀ ਉਹ ਬਾਂਹ ਫੜ ਸਕਣ ਕਿਤੇ ਮਾੜੇ ਟਾਈਮ 'ਚ, ਕਿਉਂਕਿ ਟਾਈਮ ਦਾ ਨਹੀਂ ਪਤਾ ਲੱਗਦਾ ਕਿਹੜੇ ਲਈ ਕਿੱਦਾਂ ਟਾਈਮ ਬੰਦੇ 'ਤੇ ਆ ਜਾਣਾ, ਹੈ ਨਾ। ਅਤੇ ਇੱਕ ਸਭ ਤੋਂ ਵੱਡੀ ਗੱਲ, ਜੇਕਰ ਤੁਸੀਂ ਕਿਸੇ ਦਾ ਸਹਾਣ ਕਰਨ ਡੇ ਜਾਂ ਕਿਸੇ ਦੀ ਮਦਦ ਕਰਨ ਡੇ, ਉਹਨੂੰ ਕਦੀ ਨਾ ਸੁਣਾਓ ਉਹਨੂੰ ਭੁੱਲ ਜਾਓ ਕਰਕੇ ਕਿ ਤੁਸੀਂ ਉਹਦੀ ਮਦਦ ਕੀਤੀ, ਜਾਂ ਕਿੱਦਾਂ ਉਹਨੂੰ ਕਦੀ ਇਹ ਚੀਜ਼ ਫੀਲ ਨਾ ਕਰਾਓ ਕਿ ਮੈਂ ਤੇਰੀ ਇੱਥੇ ਮਦਦ ਕੀਤੀ, ਮੈਂ ਤੇਰੀ ਇੱਥੇ ਮਦਦ ਕੀਤੀ। ਠੀਕ ਹੈ, ਬੰਦੇ ਮੇਰੇ ਆ ਗਏ, ਹੁਣ ਸਮਾਨ ਕਰੀਏ, ਪੈ ਕੇ ਅਸੀਂ ਤਿਆਰੀ ਕਰੀਏ, ਕੱਲ੍ਹ ਜਾਣਾ ਚੰਡੀਗੜ੍ਹ, ਗੋਲੀ ਦਾ ਸਾਰਾ ਸਮਾਨ ਲਏ ਆ, ਆ ਜਾਓ ਕਰੀਏ ਪੈਕਿੰਗ। ਲੈ ਵੀ ਮਿੱਤਰਾ, ਖਲਾਰਾ ਸਵੇਰੇ ਸਾਂਭਾ ਗਿਆ ਜਿਹੜਾ ਫੇਲਾ, ਹੁਣ ਪੈਕਿੰਗ ਕਰਕੇ ਫਿਰ ਸਮਾਨ ਗੱਡੀ 'ਚ ਰੱਖ ਲੈਣਾ ਆਪਾਂ ਸਵੇਰੇ ਉੱਠ ਕੇ। ਫਿਰ ਕੱਲ੍ਹ ਵਾਲੇ ਵਲੌਗ ਤੁਸੀਂ ਵੇਖੋਗੇ ਕਿੰਨੇ ਵਜੇ ਅਸੀਂ ਨਿਕਲਦੇ ਹਾਂ, ਕੀ ਸਾਡਾ ਕੱਲ੍ਹ ਦਾ ਸ਼ਡਿਊਲ ਬਣਦਾ। ਫਿਲਹਾਲ ਤਾਂ ਸ਼ਡਿਊਲ ਇਹੋ ਹੀ ਹੈ ਕਿ ਗੱਡੀ 'ਚ ਸਮਾਨ ਪੈ ਕੇ ਰੱਖ ਦਈਏ, ਅਤੇ ਸਵੇਰੇ ਜਿਹੜੇ ਉੱਠ ਕੇ ਧੁਰਨ ਵਾਲੇ ਬਣਾਂਗੇ, ਹੈ ਨਾ। ਚੱਲ ਵੇ ਭਾਈ, ਕਰੀਏ ਸਮਾਨ ਪੈ, ਗੋਰੀ ਬੈਗ ਫੜ ਬਹੁ, ਮੇਰਾ ਵੀ ਨਿੱਕਾ, ਕਰੀਏ ਪੈਕ, ਬੂਹਾ ਮਾਰਦੇ ਸਮਾਨ ਪਾਉਣੇ ਪੈਕ ਕਰ ਦੇਣਾ, ਸਵੇਰੇ ਬਸ ਉੱਠ ਕੇ ਆਪਾਂ ਤੁਰਨਾ ਹੀ ਆ, ਚੱਲ ਹੀ ਪਾਉਣੇ ਬਸ ਚੰਡੀਗੜ੍ਹ ਨੂੰ ਸਵੇਰੇ। ਹੈਂ ਪਸੰਦ ਗੱਡੀ ਖਰੀਦੇ, ਹੈਂ ਫੌਜੀ ਛੁੱਟੀ ਹੈ, ਫੌਜੀ ਇਹਨਾਂ ਨਾਲ ਫਨ ਕਰਕੇ ਆਉਂਦੇ ਆ, ਨਹੀਂ ਇਹਨਾਂ ਲਾਗੇ ਕਸੌਲ ਜਗ੍ਹਾ ਤੁਰਨਾ ਖਰੀਦੇ ਕਦੇ ਗੱਡੀ, ਧੱਕੇ ਜਿਹੇ ਕੱਢਣ ਦੇਣਾ ਆਪਾਂ ਧਿਆਨ ਨਾ ਕਰੇ, ਫੌਜੀ ਨੂੰ ਕਹਿ ਫੌਜੀ ਗੱਡੀ ਫੌਜੀ ਨੀ ਲਾਉਣੀ, ਦਵਾਈ ਲੈ ਨਾਲ ਆਪਣੀ, ਦਵਾਈ ਦਾ ਵੇਖਿਓ ਧਿਆਨ ਰੱਖ, ਦਵਾਈ ਤੇ ਬਣਾ ਕਿਸੇ ਜੋਗਾ ਨੀ ਜੇ, ਤੂੰ ਬੀਰ ਪੀਤੀ ਤਾਂ ਤੇਰੇ ਦੁਆਲੇ ਹੁੰਦੇ, ਉਹ ਸ਼ਰਾਬ ਪੀ ਗਿਆ ਸੀ, ਕਿੱਥੋਂ ਪਤਾ ਨੀ ਕਿੱਥੋਂ ਮਰਿਆ, ਹੁਣ ਸ਼ਰਾਬ ਪੀ ਗਿਆ, ਤੈਨੂੰ ਪਈ ਪਤਾ ਪਤਲੀ ਹੋ ਜਾ, ਲੈ ਦੁੱਧ ਵੀ ਡੋਲ ਲਿਆ ਜੀ, ਕਿਉਂ ਨਹੀਂ ਯਾਰ, ਲੜਾਈ ਹੋ ਗਈ ਮਿੱਤਰੋ, ਫਿਰ
ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ, ਅਤੇ ਕੱਲ੍ਹ ਵਾਲੇ ਬਾਅਦ 'ਚੋਂ ਵੇਖਿਓ ਤੁਸੀਂ ਯਾਰ ਕਿੰਨੇ ਵੀ ਉੱਠਦੇ ਬੰਦੇ ਸਾਡੇ, ਹੈ ਨਾ, ਕੀ ਮਾਹੌਲ ਬਣਦਾ ਸਵੇਰੇ ਜਾਣ ਦਾ। ਜਾਣਾ ਤਾਂ ਹੈਗਾ ਵਾ, ਜਾਣ ਦੇ ਵੀ ਤਾਂ ਕਰਕੇ ਸਾਨੂੰ ਲੋੜ ਪਈ, ਇੱਕ ਤਾਂ ਰੂਬੀ ਗੌਂਦੀ ਦੀ ਡਿਸਕ ਅਤੇ ਉਹ ਲੀਕਾਂ ਜੀਆਂ ਪੈਣ ਦੀਆਂ ਨਾ ਤਵੇ 'ਤੇ, ਉਹ ਵਿਖਾਉਣੀਆਂ ਜ਼ਰੂਰੀ। ਬਾਅਦ 'ਚੋਂ ਆਪਾਂ ਵਿੱਚ ਜਦੋਂ ਪੈਲੀ ਪੂਣੀ ਦੇ ਵਾੜਤੀ ਫਿਰ ਕੰਮ ਔਖਾ ਹੈ ਨਾ, ਇਹ ਨਾਲ ਜਾਈ ਜਾਣ ਲੱਥ ਜੇ, ਅਤੇ ਇੱਕ ਉਹ ਵਿਖਾਉਣੀ ਹੈ ਲੁਧਿਆਣੇ, ਉਹ ਤੋਂ ਬਾਅਦ ਫਿਰ ਉੱਥੇ ਏਜੰਸੀ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਬਦੋ ਬਦੀ, ਉਹ ਤੋਂ ਬਾਅਦ ਫਿਰ ਗਾੜੀ ਨਿਕਲ ਜਾਵਾਂਗੇ ਉੱਥੇ, ਉੱਥੇ ਜਾ ਕੇ ਬਣਾਵਾਂਗੇ ਮਾਹੌਲ। ਉੱਧਰ ਡੀਕਨ ਦੇ ਸਾਜਰ ਹੋਣੀ ਕਹਿੰਦੇ ਆ ਜਾਓ ਬਈ ਵੈਲਕਮ ਆ, ਉਹ ਆਪਣੇ ਨਾਲ ਹੀ ਸ਼ਾਇਦ ਵਾਪਸ ਆਉਣਗੇ ਬਾਅਦ 'ਚੋਂ, ਜੇ ਆਪਾਂ 2 ਦਿਨ ਰਹਿਣਾ ਆ ਨਾ, ਜੇ ਤਾਂ ਆਪਾਂ ਅਗਲੇ ਦਿਨ ਵਾਪਸ ਆ ਗਏ ਅਤੇ ਫਿਰ ਤਾਂ ਉਹ ਬਾਅਦ 'ਚੋਂ ਆ ਜਾਣਗੇ। ਅਤੇ ਅੱਜ ਵੀ ਇੱਥੇ ਬੈਠੇ ਸਲਾਹਾਂ ਕਰਨ ਡੇ ਸਾਰੇ ਅਸੀਂ, ਚਾਚੇ ਹੋਣੀ, ਆਪਣੇ ਦਾ ਨੂੰਹ ਹੋਣੀ, ਅਤੇ ਕੱਦੂ ਵਾਲੇ ਵਲੌਗ ਮਤਲਬ ਕਿ ਅੱਜ 1-2 ਦਿਨ ਮੈਂ ਤੁਸੀਂ ਕੰਮ ਤੋਂ ਨਿਬੇੜ ਦਿਓ ਸਾਰੇ, ਅਤੇ 2-3 ਦਿਨ ਲਗਾਤਾਰ ਪਿੰਡ ਹੀ ਰਹਿਣਾ ਆਪਾਂ ਬਾਅਦ 'ਚੋਂ, ਅਤੇ ਪਿੰਡ ਹੀ ਮਾਹੌਲ ਬਣਾਉਣਾ। ਮੈਂ ਕਿਹਨੂੰ ਜਾਣ ਦੇਣਾ, ਫੁੱਲੀ ਆਪਾਂ ਰੌਣਕ ਲਾਉਣੀ ਆ। ਅਤੇ ਚਾਚਾ ਕਹਿੰਦਾ ਕਹਿੰਦਾ ਬਸ ਠੀਕ ਹੈ, ਕਹਿੰਦਾ ਅਸੀਂ 1-2 ਦਿਨ ਕੰਮ ਮਾਰਚ ਨਿੱਕੇ ਮੋਟੇ ਜਿਹੜੇ ਨਿਬੇੜ ਲਾਂਗੇ, ਘਰੇ ਵੀ ਜਿਹੜੇ ਵਿਆਹ ਵਾਲੇ ਬੰਦੇ ਨੇ ਘਰੇ 100 ਬਹਾਨੇ ਮਾਰਨੇ ਪੈਂਦੇ ਆ, ਹੈ ਨਾ। ਅਤੇ ਬਾਕੀ ਇੱਕ ਮੈਂ ਹੁਣ ਕਮੈਂਟ ਪੜ੍ਹਨ ਡਿਆ ਅਤੇ ਬੈਠਾ ਮੰਜੇ 'ਤੇ, ਕਹਿੰਦਾ ਬਾਈ ਤੇਰੇ ਵਰਗੇ ਕਿਵੇਂ ਬਣੀਏ। ਉਹ ਕਮੈਂਟ ਪੜ੍ਹ ਕੇ ਮੈਂ ਸੋਚਿਆ, ਮੈਂ ਕਿਹਾ ਯਾਰ ਮੈਂ ਤਾਂ ਕੁਛ ਵੀ ਨਹੀਂ ਆ, ਹੈ ਨਾ, ਸਵੇਰੇ ਉੱਠੀ ਦਾ ਆਪਣਾ ਖਾਈ ਦਾ ਪੀਈ ਦਾ, ਜਿੰਮ ਲਾਈ ਦਾ, ਗੁਰਦੁਆਰਾ ਸਾਹਿਬ ਜਾਈਦਾ, ਅਤੇ ਆਪਣੇ ਘਰ ਦੇ ਜਿਹੜੇ ਨੋਰਮਲ ਕੰਮ ਧੰਦੇ ਉਹ ਕਰਦੇ ਪਏ ਹਾਂ, ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਹਾਂ ਵੀ ਤੁਸੀਂ ਮੇਰੇ ਵਰਗੇ ਬਣਨਾ, ਹੈ ਨਾ। ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਦੇ ਵਿੱਚ ਤੁਹਾਡੀ ਕੀ ਕੁਆਲਿਟੀ ਆ ਉਹਨੂੰ ਪਛਾਣੋ, ਤੁਹਾਨੂੰ ਕਿਹੜੇ ਕੰਮ ਦਾ ਸ਼ੌਂਕ ਹੈ ਉਹ ਕੰਮ ਦੇ ਵਿੱਚ ਅੱਗੇ ਵਧੋ, ਹੈ ਨਾ, ਪੈਸਾ ਕਮਾਓ। ਹੋਰ ਜ਼ਿੰਦਗੀ ਕੀ ਹੁੰਦੀ, ਇਹੋ ਕੁਛ ਹੁੰਦੀ, ਕਿਹੋ ਜਿਹੀ ਆਪਾਂ ਕਾਹਤੋਂ ਬਣਨਾ। ਮੇਰੇ ਆਪਣੇ ਕਰਮ ਆ, ਮੈਂ ਆਪਣੇ ਕਰਮ ਖਾਣ ਡਿਆ, ਮੈਂ ਐਵੇਂ ਸੋਚੀ ਜਾਵਾਂ ਮੈਂ ਉਹਦੇ ਵਰਗਾ ਬਣਨਾ, ਮੈਂ ਉਹਦੇ ਵਰਗਾ ਬਣਨਾ, ਇਹ ਚੀਜ਼ ਕਦੀ ਵੀ ਨਹੀਂ ਸੋਚਣੀ ਕਿ ਆਪਾਂ ਕਿਸੇ ਵਰਗੇ ਬਣਨਾ। ਇਹ ਦੇਖਣਾ ਕਿ ਆਪਣਾ ਸਿਸਟਮ ਕਿੱਦਾਂ ਦਾ ਵਾ, ਆਪਣੀ ਚਾਦਰ ਕਿੱਦਾਂ ਦੀ ਆ, ਆਪਣੇ ਸ਼ੌਂਕ ਕਿੱਦਾਂ ਦੇ ਆ, ਹੈ ਨਾ। ਕਿਸੇ ਵੱਲ ਦੇਖ ਕੇ ਕੋਈ ਸ਼ੌਂਕ ਨਹੀਂ ਬਣਨਾ ਚਾਹੀਦਾ, ਆਪਣਾ ਆਪ ਵੇਖਣਾ ਚਾਹੀਦਾ। ਹਰ ਇੱਕ ਬੰਦੇ ਦੇ ਆਪਾਂ ਆਪਣੇ ਕਰਮ ਹੁੰਦੇ ਆ। ਮੈਂ ਇੱਥੇ ਬੈਠੇ ਸੋਚੀ ਜਾਵਾਂ ਕਿ ਯਾਰ ਅੰਬਾਨੀ ਹੋਣੀ ਇੱਦਾਂ, ਅੰਬਾਨੀ ਹੋਣੀ ਉੱਦਾਂ ਵਾ, ਆਪਾਂ ਉਹਨਾਂ ਦੀ ਕਾਹਤੋਂ ਬਣਨਾ। ਆਪਾਂ ਇੰਨੀ ਸੋਹਣੀ ਜ਼ਿੰਦਗੀ ਆਪਣੀ ਜੀਣ ਡੇ, ਆਪਾਂ ਖੁਸ਼ ਹਾਂ, ਜ਼ਿੰਦਗੀ ਸਕੂਨ ਚਾਹੀਦਾ ਵਾ। ਸਵੇਰੇ ਉੱਠੀਦਾ ਵਾ, ਉੱਠ ਕੇ ਆਪਣਾ ਨਹਾਈਦਾ ਧੋਈਦਾ, ਗੁਰੂ ਮਾਹ ਦੇ ਘਰ ਜਾਈਦਾ, ਪਾਠ ਕਰੀਦਾ, ਹੈ ਨਾ। 2 ਟਾਈਮ ਦੀ ਰੋਟੀ ਵਧੀਆ ਮਿਲਦੀ ਜਾਣ ਡੀ ਆ, ਜੋ ਜ਼ਿੰਦਗੀ ਦੇ ਵਿੱਚ ਘਰੇਲੂ ਕੰਮ ਹੁੰਦੇ ਆ ਉਹ ਆਪਾਂ ਸਾਧਨ ਕਰਦੇ ਰਹਿੰਦੇ, ਹੋਰ ਕੀ ਆ, ਹੈ ਨਾ। ਇਹ ਚੀਜ਼ ਕਦੀ ਵੀ ਨਹੀਂ ਸੋਚਣੀ ਕਿ ਉੱਧਰ ਗਿਆ ਬਣਨਾ, ਇਹਦੇ ਗਿਆ ਬਣਨਾ। ਅਤੇ ਜੇ ਰਹੀ ਗੱਲ ਫੋਲੋਵਰ ਫਲੋਵਰ ਦੀ, ਹੈ ਨਾ, ਆਪਾਂ ਆਪਣੇ ਸ਼ੌਂਕ ਨੂੰ ਵੀਡੀਓ ਪਾਉਂਦੇ ਹਾਂ, ਜੇ ਕਿਸੇ ਨੂੰ ਚੰਗਾ ਲੱਗਦਾ ਉਹ ਫੋਲੋ ਕਰ ਲੈਂਦਾ, ਜੇ ਕਿਸੇ ਨੂੰ ਆਪਣੀ ਕੋਈ ਗੱਲ ਮਾੜੀ ਲੱਗਦੀ ਅਨਫੋਲੋ ਕਰ ਦਿੰਦਾ, ਉਹ ਅਗਲੇ 'ਤੇ ਡਿਪੈਂਡ ਕਰਦਾ, ਹੈ ਨਾ, ਉਹ ਅਗਲੇ ਦੀ ਕਿੱਦਾਂ ਦੀ ਸੋਚ ਆ, ਹੈ ਨਾ। ਕਈਆਂ ਹੁਣ ਸਭ ਨੂੰ ਚੰਗੇ ਲੱਗਣ ਆਪਾਂ ਰਹੇ, ਜਿਹਨਾਂ ਨੂੰ ਚੰਗੇ ਲੱਗਦੇ ਉਹ ਫੋਲੋ ਕਰ ਲੈਂਦੇ ਆ। ਇੱਥੇ ਦੇ ਆਪ ਮੰਨ ਲਓ ਕੋਈ ਬੰਦਾ ਆਪਾਂ ਨੂੰ 5 ਸਾਲ ਤੋਂ ਫੋਲੋ ਵੀ ਕਰਨ ਡਿਆ, ਹੈ ਨਾ, ਉਹਨੂੰ ਆਪਣੀ ਇੱਕ ਗੱਲ ਵੀ ਮਾੜੀ ਲੱਗੀ ਉਹਨੇ ਪਿਛਲੇ 5 ਸਾਲ 'ਚ, ਆਪਣੇ ਕੋਈ ਚੰਗੀਆਂ ਗੱਲਾਂ ਸਿੱਖੀਆਂ ਜਾਂ ਚੰਗੀਆਂ ਗੱਲਾਂ ਨੇ ਵੇਖੀਆਂ, ਆਪਣੀਆਂ ਚੰਗੀ ਕੋਈ ਚੀਜ਼ਾਂ ਵੇਖੀਆਂ, ਉਹਨੇ ਇੱਕ ਗੱਲ ਕਰਕੇ ਆਪਣੇ ਤੋਂ ਮੂੰਹ ਵੱਟ ਲੈਣਾ ਵਾ। ਤਾਂ ਕਰਕੇ ਕਿਸੇ ਬਾਰੇ ਬਾਹਲਾ ਨਹੀਂ ਸੋਚਣਾ, ਆਪਣੀ ਜ਼ਿੰਦਗੀ ਜੀਓ, ਆਪਣੇ ਸ਼ੌਂਕ ਲਈ ਅਸੀਂ ਵੀਡੀਓ ਪਾਉਂਦੇ ਹਾਂ, ਫੋਟੋਆਂ ਪਾਉਂਦੇ ਹਾਂ, ਕੋਈ ਵੀ ਵਲੌਗ ਵਲਾਗ ਕੁਛ ਵੀ, ਹੈ ਨਾ। ਜਿਹੜੇ ਵੀਰ ਭਰਾ ਪਿਆਰ ਕਰਦੇ ਉਹ ਆਪਣੀ ਸਲਾਹ ਦੇ ਦਿੰਦੇ, ਉਹਦੇ ਵਿੱਚੋਂ ਜੇ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਉਹ ਆਪਾਂ ਕਰ ਲੈਂਦੇ ਹਾਂ, ਹੈ ਨਾ। ਬਸ ਇੰਨੀ ਗੱਲ ਹੈ ਕਿ ਆਪਣੇ ਆਪਣੀ ਜ਼ਿੰਦਗੀ ਜੀਓ, ਬਸ ਗੱਲ ਮੁੱਕਦੀ ਇਹ ਆ। ਬਾਕੀ ਜਿਹੜੇ ਭਰਾ ਪਿਆਰ ਕਰਦੇ ਆ ਉਹ ਜਾਂਦੇ ਜਾਂਦੇ ਘੈਂਟ ਜਿਹਾ ਕਮੈਂਟ ਕਰ ਜਿਓ, ਅਤੇ ਜਿਹੜਾ ਤੁਸੀਂ ਵਲੌਗ ਵੇਖਦੇ ਹੁੰਦੇ ਜੀ ਉਹਨੂੰ ਲਾਈਕ ਕਰਦਿਆ ਕਰੋ, ਚੰਗਾ ਲੱਗਦਾ ਵੇਖ ਕੇ। ਵੀ ਜੇ ਕੋਈ ਚੀਜ਼ ਤੁਹਾਨੂੰ ਵਧੀਆ ਲੱਗੀ ਆ, ਕਿਸ ਚੀਜ਼ ਨਾਲ ਤੁਸੀਂ ਇੰਟਰਟੇਨਮੈਂਟ ਕੀਤਾ ਵਾ, ਹਾਸਾ ਮਜ਼ਾਕ ਤੁਹਾਨੂੰ ਵਧੀਆ ਲੱਗਾ ਵਾ, ਉਹ ਚੀਜ਼ ਨੂੰ ਅੱਗੇ ਸ਼ੇਅਰ ਕਰਦਿਆ ਕਰੋ, ਕੋਈ ਹੋਰ ਵੀ 2-4 ਮਿੰਟ ਹੱਸ ਖੇਡ ਲਵੇ। ਬਾਕੀ ਮਿਲਦੇ ਹਾਂ ਮੇਰੀ ਜਾਣ ਕੱਲ੍ਹ ਨੂੰ। ਬਾਏ ਬਾਏ, ਜਿਹਦੇ ਵਾਸਤੇ ਰਹੋ ਦੇ ਨਜ਼ਾਰੇ ਲਓ।